ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਬਾਡਾ 247 ਤੇ ਮੇਰਾ ਨਾਮ ਹੈ ਗਗਨਦੀਪ ਤੇ ਜੀ ਅੱਜ ਆਪਾਂ ਮਿਲੇ ਆ 6 ਵਜੇ ਆਪਾਂ ਵੈਸੇ ਮਿਲਦੇ ਹੁੰਦੇ ਸੀ 4 ਵਜੇ ਪਰ ਥੋੜੀ ਜਿਹੀ ਟੈਕਨੀਕਲ ਇਸ਼ੂ ਕਰਕੇ ਕੁਝ ਪ੍ਰੋਬਲਮ ਆ ਗਈ ਜੀ ਮੇਰੀ ਪੀਪੀਟੀ ਵਿੱਚ ਆ ਗਈ ਜੀ ਕੁਝ ਪ੍ਰੋਬਲਮ ਤਾਂ ਕਰਕੇ ਮੈਂ ਗਗਨ ਸਰ ਨੂੰ ਕਿਹਾ ਤੁਹਾਡੇ ਪੰਜਾਬੀ ਵਾਲੇ ਨੂੰ ਕਿ ਪਹਿਲਾ ਕਲਾਸ ਲੈ ਲਓ ਮੈਨੂੰ ਬਾਅਦ ਚ ਦੇ ਦਿਓ ਬਹੁਤ ਜ਼ਿਆਦਾ ਕੁਝ ਪ੍ਰੋਬਲਮ ਹੋ ਗਈ ਤਾਂ ਹੀ ਕਰਕੇ ਡਿਲੇ ਕੀਤਾ ਆਪਾਂ ਨਹੀਂ ਤਾਂ ਵੈਸੇ ਡਿਲੇ ਕਰਦੇ ਹਾਂ ਤੁਹਾਨੂੰ ਪਤਾ ਹੀ ਹੈ ਨਾ ਤਾਂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦਾ ਗੁੱਡ ਈਵਨਿੰਗ ਬਹੁਤ ਸ਼ ਬਟ ਚਲੋ ਕੋਈ ਨਾ ਬਟ ਕਲਾਸ ਆਪਾਂ ਛੱਡਣੀ ਨਹੀਂ ਸੀ ਕਲਾਸ ਆਪਾਂ ਕਰਨੀ ਆ ਪੂਰੀ ਤਾਂ ਜੀ ਇੱਕ ਸਾਰੀ ਰਿਕਵੈਸਟ ਤੁਹਾਨੂੰ ਪਤਾ ਹੀ ਆਪਾਂ ਕਹਿੰਦੇ ਹੁੰਦੇ ਆ ਇੱਕ ਵਾਰ ਸੈਸ਼ਨ ਨੂੰ ਛੋਟਾ ਚੱਕਰ ਲਾਓ ਸ਼ੇਅਰ ਤੇ ਇੱਕ ਵਾਰ ਛੋਟਾ ਚੱਕਰ ਕਰ ਦਿਓ ਸੈਸ਼ਨ ਨੂੰ ਕੀ ਕਰ ਦਿਓ ਲਾਈਕ ਕਰ ਦਿਓ ਸੈਸ਼ਨ ਨੂੰ ਹੈਨਾ ਫਿਰ ਆਪਾਂ ਅੱਗੇ ਵਧਦੇ ਆ ਤਾਂ ਜੀ ਪਹਿਲੀ ਕਲਾਸ ਹੋ ਗਈ ਸੀ ਪਹਿਲੀ ਕਲਾਸ 'ਚ ਆਪਾਂ ਕੀ ਕੀਤਾ ਸੀ ਪਹਿਲੀ ਕਲਾਸ 'ਚ ਆਪਾਂ ਕੀਤਾ ਸੀ ਏਸ਼ੀਆਨ ਕੀਤਾ ਸੀ ਫਿਰ ਆਪਾਂ ਸਾਰਕ ਕੀਤਾ ਸੀ ਪਹਿਲੀ ਕਲਾਸ ਦੀ ਤੇ ਇੱਕ ਹੋਰ ਚੀਜ਼ ਕੀਤੀ ਸੀ ਆਪਾਂ ਆਪਾਂ ਕੀਤਾ ਸੀ ਬੀਮਸਟੈਕ ਹੈ ਨਾ ਪਹਿਲੀ ਕਲਾਸ ਚ ਆਪਾਂ ਇਹ ਤਿੰਨ ਚੀਜ਼ਾਂ ਕੀਤੀਆਂ ਇਹ ਹੋ ਗਈ ਜੀ ਕਲਾਸ 1 ਜੀ ਨੇ ਹੁਣ ਤੱਕ ਨਹੀਂ ਦੇਖੀ ਪਹਿਲਾਂ ਉਹ ਜ਼ਰੂਰ ਦੇਖ ਕੇ ਆਵੇ ਇੰਪੋਰਟੈਂਟ ਹੈ ਚਲ ਬਾਅਦ ਚ ਦੇਖ ਲਿਓ ਹੈ ਨਾ ਦੂਜੀ ਕਲਾਸ ਚ ਅਸੀਂ ਕੀਤਾ ਜੀ 7 ਕੀਤਾ ਸੀ ਜੀ 20 ਕੀਤਾ ਤੇ ਨਾਲ ਨਾਲ ਅਸੀਂ ਬ੍ਰਿਕਸ ਕੀਤਾ ਇਹ ਹੋ ਗਈ ਜੀ ਦੂਜੀ ਕਲਾਸ ਤੇ ਹੁਣ ਤੀਜੀ ਕਲਾਸ ਆਪਾਂ ਕੀ ਕਰਨ ਜਾ ਰਹੇ ਆਪਾਂ ਕਰਾਂਗੇ ਐਸ ਸੀਓ ਯਾਨੀ ਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੂਜਾ ਹੋ ਜਾਂਦਾ ਹੈ ਕੁਆਡ ਕਿੱਥੋਂ ਲਿਖਦਾ ਇਹਨਾਂ ਨੇ ਕੁਆਡ ਤੱਕਰਾਇਆ ਹੀ ਹੈ ਨਹੀਂ ਸੌਰੀ ਮਿਸਟੇਕ ਹੈ ਇੱਥੇ ਕੁਆਡ ਨਹੀਂ ਆਊਗਾ ਅੱਜ ਆਪਾਂ ਯੂਨ ਕਰ ਰਹੇ ਹਾਂ ਯੂਨਾਈਟਿਡ ਨੇਸ਼ਨਸ ਕਰ ਰਹੇ ਹਾਂ ਅੱਗੇ ਜਾ ਕੇ ਕਰਾਂਗੇ ਯੂਨਾਈਨ ਆਊਗਾ ਤੇ ਕਾਮਨਵੈਲਥ ਆਊਗਾ ਠੀਕ ਹੈ ਜੀ ਅੱਜ ਆਪਾਂ ਇਹ ਕਰਨ ਜਾ ਰਹੇ ਆ ਅੱਜ ਤੁਸੀਂ ਘਰ ਵੀ ਲੇਟ ਜਾਓਗੇ ਹਾਂਜੀ ਜਾਣਾ ਪੈਣਾ ਕੈਮਰਾ ਥੋੜਾ ਜਿਹਾ ਟੇਡਾ ਹੈ ਨਹੀਂ ਠੀਕ ਹੈ ਕੈਮਰਾ ਤਾਂ ਹਾਂ ਹੈ ਤਾਂ ਇੱਧਰ ਦੀ ਨਾ ਥੋੜਾ ਜਿਹਾ ਚਲੋ ਕੋਈ ਚੱਕਰ ਨਹੀਂ ਆਪਾਂ ਨੂੰ ਦਿਖ ਰਿਹਾ ਨਾ ਕੰਮ ਚੱਲ ਜੂ ਸਾਡਾ ਠੀਕ ਹੈ ਜੀ ਤਾਂ ਜੀ ਇਹ ਕਰਨਾ ਆਪਾਂ ਕੀ ਕਰਨਾ ਐਸਆਈਓ ਕਰਨਾ ਹੈ ਅਸੀਂ ਯੂਨ ਕਰਨਾ ਹੈ ਤੇ ਕਾਮਨ ਵੈਲਥ ਕਰਨਾ ਹੈ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਯੂਨਾਈਟਿਡ ਨੇਸ਼ਨ ਤੇ ਕਾਮਨ ਵੈਲਥ ਤਾਂ ਜੀ ਸ਼ੁਰੂ करिए ਜਾਂ ਵੇਟ करिए ਮਾੜਾ ਜੇ ਬੱਚੇ ਆਣ ਦੇ ਕਿਉਂਕਿ ਬੱਚਿਆਂ ਨੂੰ ਹਜੇ ਪਤਾ ਨਹੀਂ ਇੱਕ ਵਾਰ ਸ਼ੇਅਰ ਕਰ ਦੋ ਆਪਣੇ ਜਿਹੜਾ ਪੰਜਾਬ ਅੱਡੇ 24/7 ਦਾ ਡਿਸਕਸ਼ਨ ਗਰੁੱਪ ਹੈ ਉਹਦੇ ਵਿੱਚ ਵੀ ਸ਼ੇਅਰ ਕਰ ਦੋ ਕਿਉਂਕਿ ਤਾਂ ਹੀ ਪਤਾ ਲੱਗਣਾ ਬੱਚਿਆਂ ਨੂੰ ਮੈਂ ਤਾਂ ਕਰੂੰਗਾ ਫਿਰ ਪੰਜਾਬ ਵੱਡਾ ਦੀ ਉੱਤੇ ਆਈਡੀ ਤੋਂ ਹੀ ਜਾਊਗਾ ਇੱਕ ਵਾਰ ਸੈਸ਼ਨ ਨੂੰ ਸ਼ੇਅਰ ਕਰ ਦੋ ਫਿਰ ਸ਼ੁਰੂ ਕਰਦੇ ਆ ਲਾਡੀ ਗੁੱਡ ਈਵਨਿੰਗ ਹੋ ਗਈ ਜੀ ਗੁੱਡ ਈਵਨਿੰਗ ਹੋ ਗਈ ਯੂਨੋ ਪੂਰਾ ਕਰਵਾਓ ਸਰ ਯੂਨੋ ਪੂਰਾ ਇੱਕ ਕਲਾਸ ਚ ਹੋ ਨਹੀਂ ਸਕਦਾ ਯੂਨੋ ਤੋਂ ਫਿਰ ਆਪਾਂ ਅੱਡ ਤੋਂ ਸੈਸ਼ਨ ਲੈ ਲਾਂਗੇ ਇਸ ਟਾਈਮ ਤੁਹਾਨੂੰ ਮੈਂ ਦੱਸ ਦਊਗਾ ਯੂਨ ਬਣਿਆ ਕਿਦਾਂ ਸੀ ਉਦੇ ਆਰਗਨਸ ਕਿਨੇ ਉਹਦੇ ਹੈੱਡਕੁਆਰਟਰ ਕਿੱਥੇ ਬੇਸਿਕਲ ਅੱਜ ਆਪਾਂ ਕਰਨ ਜਾ ਰਹੇ ਐਸੀਓ ਬਾਰੇ ਵੀ ਬਣਿਆ ਕਿਦਾਂ ਹੈੱਡਕੁਆਰਟਰ ਵਗੈਰਾ ਕਿੱਥੇ ਫੰਕਸ਼ਨ ਕਿਦਾਂ ਕਰਦਾ ਕਾਮਨਵੈਲਥ ਵੀ ਬਣਿਆ ਕਿਦਾਂ ਹੈੱਡਕੁਆਰਟਰ ਕਿੱਥੇ ਫੰਕਸ਼ਨ ਕਿਦਾਂ ਕਰਦਾ ਤੇ ਯੂਨ ਵੀ ਬਣਿਆ ਕਿਦਾਂ ਹੈੱਡਕੁਆਰਟਰ ਕਿੱਥੇ ਤੇ ਫੰਕਸ਼ਨ ਕਿਦਾਂ ਕਰਦਾ ਪੂਰਾ ਕਰਾਂਗੇ ਤਾਂ ਫਿਰ ਉਹਦੀ ਜਿਹੜੇ 6 ਆਰਗਨਸ ਨੇ ਉਹ ਵੀ ਅੱਡ ਤੋਂ ਕਰਨੇ ਪੈਣੇ ਉਹ ਆਪਾਂ ਕਰਾਂਗੇ ਟੈਨਸ਼ਨ ਨਾ ਲਓ ਠੀਕ ਹੈ ਚਲੋ ਹੁਣ ਸ਼ੁਰੂ ਕਰਤੇ ਹਾਂ ਬਿਨਾਂ ਕਿਸੇ ਪਕਾਈ ਕੇ ਤਾਂ ਪਹਿਲੀ ਆਪਾਂ ਕਰਨ ਜਾ ਰਹੇ ਇਹਨੂੰ ਕਹਿੰਦੇ ਜੀ ਐਸਸੀਓ ਯਾਨੀ ਕਿ ਸ਼ੰਘਾਈ ਕੋਆ ਤਾਜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਇਟ ਪਰਮਨੈਂਟ ਗਵਰਨਮੈਂਟਲ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇਹ ਪਰਮਨੈਂਟ ਹੈ ਪਹਿਲੀ ਗੱਲ ਹੋ ਗਈ ਕਿਉਂਕਿ ਪਰਮਨੈਂਟ ਕੌਣ ਨਹੀਂ ਹੈ ਬ੍ਰਿਕਸ ਜਿਵੇਂ ਉਹਨਾਂ ਦਾ ਕੋਈ ਹੈੱਡਕੁਆਰਟਰ ਨਹੀਂ ਸੀ ਜੀ7 ਜੀ20 ਕੋਈ ਹੈੱਡਕੁਆਰਟਰ ਨਹੀਂ ਹੈ ਉਹਨਾਂ ਦਾ ਇਹਨਾਂ ਦਾ ਹੈ ਤਾਂ ਇਹ ਹੋ ਗਈ ਪਰਮਨੈਂਟ ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਇਟ ਇਜ਼ ਅ ਯੂਰੇਸ਼ੀਅਨ ਪੋਲੀਟਿਕਲ ਯੂਰੇਸ਼ੀਅਨ ਮਤਲਬ ਕਿ ਇਹਦੇ ਅੰਦਰ ਯੂਰਪ ਦੀ ਕੰਟਰੀ ਵੀ ਨੇ ਤੇ ਏਸ਼ੀਆ ਦੇ ਕੰਟਰੀਜ਼ ਵੀ ਨੇ Eurasian political economic and military organization aiming to maintain peace security and stability in the region taan ji ek Eurasian political and military organization hai jehdi sade area vich sukh shanti paal di hai matlab othe le kaam kardi hai eh create kiti gayi si 2001 vich SCO charter was signed in 2002 and entered into force in 2003 inna sanu yaad nahi rakhna bas bani si he 2001 vich ਕਰਾਵਾਂਗੇ ਜੀ ਲਾਪਰੀ ਧਲੀਵਲ ਕਰਾਵਾਂਗੇ ਟੈਨਸ਼ਨ ਨਾ ਲਓ ਤੁਸੀਂ ਬਸ ਕਹਤਾ ਬਸ ਇੱਕ ਹੋਰ ਕਰਾਵਾਂਗੇ ਤਾਂ ਸਟੈਚੂਰੀ ਡਾਕੂਮੈਂਟ ਵਿੱਚ ਆਊਟਲਾਈਨ ਦਾ ਆਰਗੇਨਾਈਜੇਸ਼ਨ ਗੋਲ ਆ ਚਾਰਟਰ ਕੀ ਹੈ ਚਾਰਟਰ ਹੋ ਗਿਆ ਕਹਿੰਦੇ ਕੰਟਰੈਕਟ ਹੋ ਗਿਆ ਲਿਖਤੀ ਹੋ ਗਿਆ ਕਾਗਜ਼ ਤੇ ਵੀ ਕੰਟਰੈਕਟ ਸੀ ਜਿਹੜਾ ਲਿਖਤੀ ਸੀ ਉਹ 2002 ਵਿੱਚ ਸਾਈਨ ਕੀਤਾ ਗਿਆ ਸੀ ਤੇ ਕੇਮ ਇਨਟੂ ਇਫੈਕਟ ਇਨ 2003 ਉਹਦੇ ਵਿੱਚ ਕੀ ਲਿਖਿਆ ਹੋਇਆ ਹੈ ਏਮਸ ਦਿੱਤੀ ਹੈ ਵੀ ਆਪ ਐਸਯੂ ਕਰ ਕੀ ਰਹੀ ਹੈ ਕਿੱਦਾਂ ਕਰੂਗੀ ਕਿੱਦਾਂ ਕੰਮ ਕਰੂਗੀ ਕਿਹੜੀ ਕੰਟਰੀ ਤੇ ਕਿੱਦਾਂ ਫੰਕਸ਼ਨ ਕਰਨਗੀ ਆ ਇਹ ਸਭ ਕੁਝ ਲਿਖਿਆ ਹੋਇਆ ਸੀ ਇਹਦੇ ਅੰਦਰ ਠੀਕ ਹੈ ਚਲੋ ਇਸ ਆਪਾ ਪੰਜਾਬੀ ਵਿੱਚ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਐਸਟੀਓ ਇੱਕ ਸਥਾਈ ਅੰਤਰ ਸਰਕਾਰੀ ਅੰਤਰਰਾਸ਼ਟਰੀ ਸੰਗਠਨ ਹੈ ਇਹ ਇੱਕ ਯੂਰੇਸ਼ੀਅਨ ਰਾਜਨੀਤਿਕ ਆਰਥਿਕ ਅਤੇ ਫੌਜੀ ਸੰਗਠਨ ਹੈ ਜਿਸ ਦਾ ਉਦੇਸ਼ ਖੇਤਰ ਵਿੱਚ ਸ਼ਾਂਤੀ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣਾ ਹੈ ਉਹੀ ਆਪਾਂ ਗੱਲ ਕੀਤੀ ਇਹ 2001 ਵਿੱਚ ਬਣਾਇਆ ਗਿਆ ਸੀ ਐਸਟੀਓ ਚਾਰਟਰ 2002 ਵਿੱਚ ਹਸਤਾਖਰ ਕੀਤੇ ਗਏ ਤੇ 2003 ਵਿੱਚ ਲਾਗੂ ਹੋਇਆ ਸੀ ਇਹ ਇੱਕ ਵਿਧਾਨਕ ਦਸਤਾਵੇਜ਼ ਹੈ ਜੋ ਸੰਸਦ ਦੇ ਟੀਚਿਆਂ ਤੇ ਸਿਧਾਂਤਾਂ ਦੇ ਨਾਲ-ਨਾਲ ਇਸ ਦੀ ਬਣਤਰ ਅਤੇ ਮੁੱਖ ਗਤੀਵਿਧੀਆਂ ਦੀ ਰੂਪਰੇਖਾ ਦਿੰਦਾ ਹੈ। SCO ਦੀਆਂ ਆਧਾਰਕ ਅਧਿਕਾਰਤ ਭਾਸ਼ਾਵਾਂ ਰੂਸੀ ਤੇ ਚੀਨੀ ਹਨ। ਇਹ ਮੈਂ ਗੱਲਾਂ ਲਿਖ ਬੋਲ ਗਿਆ। ਇਹਦੀ ਜਿਹੜੀ ਆਫੀਸ਼ੀਅਲ ਲੈਂਗੁਏਜਸ ਨੇ ਉਹ ਹੈ ਰਸ਼ੀਅਨ ਤੇ ਚਾਈਨੀਜ਼। ਕਿਹੜੀਆਂ ਨੇ? ਰਸ਼ੀਅਨ ਤੇ ਚਾਈਨੀਜ਼। ਚਲੋ। ਅਗੇ ਚੱਲਦੇ ਤਾਂ ਜੀ ਪ੍ਰਾਇਰ ਟੂ ਦਾ ਕ੍ਰिएशन ਆਫ ਐਸਈਓ ਐਸਈਓ ਤਾਂ ਦੇਖੋ 2001 ਵਿੱਚ ਬਣਿਆ ਕਿੰਨੀ ਕੰਟਰੀ ਸੀ ਉਸ ਟਾਈਮ ਉਸ ਟਾਈਮ ਬਣੀ ਗਈ ਸੀ 8 ਕੰਟਰੀ ਤੇ ਅੱਜ ਦੀ ਡੇਟਸ ਨੇ ਟੋਟਲ 9 ਕੰਟਰੀ ਨਵੀਂ ਕੰਟਰੀ ਕਿਹੜੀ ਆਈ ਹੈ ਈਰਾਨ ਆਈ ਹੈ ਉਸ ਤੋਂ ਪਹਿਲਾਂ ਗੱਲ ਕਹਿੰਦੇ 1990 ਸੌਰੀ ਉਸ ਤੋਂ ਪਹਿਲਾਂ ਕੀ ਸੀ ਕਜ਼ਾਕਿਸਤਾਨ ਚਾਈਨਾ ਕਿਰਗਿਸਤਾਨ ਰਸ਼ੀਆ ਤੇ ਤਜਿਕਿਸਤਾਨ ਉਸ ਤੋਂ ਪਹਿਲਾਂ ਇਹ ਸਭ ਸੀਗੇ ਮੈਂਬਰ ਕਹਾਦੇ ਸੀ ਇਹ ਸ਼ੰਘਾਈ 5 ਸ਼ੰਘਾਈ 5 ਮਤਲਬ ਕਿ ਪਹਿਲਾਂ ਸੀਗਾ ਐਸ 5 ਲਿਖਣਾ ਮੈਂ ਸ਼ੰਘਾਈ 5 ਕਦੋਂ ਸੀ 1996 ਵਿੱਚ ਫਿਰ 2001 ਵਿੱਚ ਬਣਿਆ ਕਾਉਂਡ ਬਣਿਆ 2001 ਵਿੱਚ ਬਣ ਗਈ ਐਸ ਈਓ ਜਿਹੜੀ ਕਿ ਆਪਾਂ ਹੁਣ ਦੇਖਦੇ ਆਂ ਤਾਂ ਜੀ ਇਹ ਤੋਂ ਪਹਿਲਾਂ ਐਸ ਈਓ 2001 ਵਿੱਚ ਤੋਂ ਪਹਿਲਾਂ ਕਜ਼ਾਕਿਸਤਾਨ ਚਾਈਨਾ ਕਿਰਗਿਸਤਾਨ ਰਸ਼ੀਆ ਤੇ ਤਜਿਕਿਸਤਾਨ ਮੈਂਬਰ ਸੀਗੇ ਸ਼ੰਘਾਈ 5 ਦੇ ਸ਼ੰਘਾਈ 5 1996 ਵਿੱਚ ਬਣੀ ਫਰਾਮ ਅ ਸੀਰੀਜ਼ ਆਫ ਬਾਰਡਰ ਡਿਮਾਰਕੇਸ਼ਨ ਐਂਡ ਡੀਮਿਲਟਰੀਜ਼ੇਸ਼ਨ ਟਾਕਸ ਵਿੱਚ ਦ ਫੋਰ ਫਾਰਮਰ ਸੋਵੀਅਤ ਰਿਪਬਲਿਕ ਵਿਦ ਚਾਈਨਾ ਟੂ ਇਨਸ਼ੋਰ ਸਟੈਬਿਲਿਟੀ ਤਾਂ ਜੀ ਤੁਹਾਨੂੰ ਪਤਾ ਹੋਵੇ ਯੂਐਸਐਸਆਰ ਪਹਿਲਾਂ ਵੱਡਾ ਸੀ ਯੂਐਸਐਸਆਰ ਫਿਰ ਟੁੱਟ ਗਿਆ ਕਜ਼ਾਕਿਸਤਾਨ ਕਿਰਗਿਸਤਾਨ ਤਾਜਿਕਿਸਤਾਨ ਉਜ਼ਬੇਕਿਸਤਾਨ ਤੁਰਕਮੈਨਿਸਤਾਨ ਇਹ ਸਾਰੇ ਉਹਦੇ ਪਾਰਟ ਸੀਗੇ ਫਿਰ ਜਿਹੜੀ ਇੱਕ ਆਚਾਰ ਕੰਟਰੀ ਸੀ ਨਾ ਕਜ਼ਾਕਿਸਤਾਨ ਕਿਰਗਿਸਤਾਨ ਰਸ਼ੀਆ ਤੇ ਤਾਜਿਕਿਸਤਾਨ ਨੇ ਚਾਈਨਾ ਨਾਲ ਗੱਲਾਂ ਕਰਨੀ ਸ਼ੁਰੂ ਕੀਤੀ ਕਿਉਂਕਿ ਉਸ ਟਾਂ ਜਦੋਂ ਟੁੱਟਿਆ ਨਾ ਫਿਰ ਮੈਪ ਤਾਂ ਬਣਾਣੇ ਆ ਜਦੋਂ ਇੰਡੀਆ ਤੇ ਪਾਕਿਸਤਾਨ ਦਾ ਉਹ ਅ ਡਿਵੀਜ਼ਨ ਹੋਈ ਉਦੋਂ ਮੈਪ ਤਾਂ ਬਣੇ ਤਾਂ ਉਹੀ ਗੱਲ ਕੀਤੀ ਸੀ ਇਸ ਟਾਈਮ ਵੀ ਉਹੀ ਗੱਲ ਕੀਤੀ ਸੀ ਇਸ ਟਾਈਮ ਵੀ ਚਾਈਨਾ ਨਾਲ ਕਿਉਂਕਿ ਚਾਈਨਾ ਟੱਚ ਕਰਦਾ ਹੈ ਸੈਂਟਰਲ ਏਸ਼ੀਆ ਨੂੰ ਚਾਈਨਾ ਰਸ਼ੀਆ ਉਦੋਂ ਥੱਲੇ ਮੰਗੋਲੀਆ ਫਿਰ ਚਾਈਨਾ ਫਿਰ ਚਾਈਨਾ ਦੇ ਨਾਲ ਸਾਰਾ ਸੈਂਟਰਲ ਏਸ਼ੀਆ ਲੱਗਦਾ ਉਹਨਾਂ ਨਾਲ ਇਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਸੀ ਫਿਰ ਫੋਲੋਇੰਗ ਦ ਐਕਸੈਸ਼ਨ ਆਫ ਉਸਬੇਕਿਸਤਾਨ ਟੂ ਦ ਆਰਗੇਨਾਈਜੇਸ਼ਨ 2001 ਦ ਸ਼ੰਘਾਈ 5 ਵਾਸ ਰੀਨੇਮਡ ਐਸ ਸੀਓ ਇਧਰ ਪੰਜ ਕੰਟਰੀ ਸੀਗੀ 2001 ਵਿੱਚ ਕਿਹੜੀ ਕੰਟਰੀ ਐਡ ਹੋਈ ਉਸਬੇਕਿਸਤਾਨ ਕੰਟਰੀ ਐਡ ਹੋਈ ਤੇ ਇਹ ਹੋ ਗਈ 6 ਅੱਜ ਕੁਝ ਟਾਈਪ ਨਾ ਕਰੋ ਕੁਝ ਲਿਖੋ ਨਾ ਬਸ ਸੁਣੀ ਚੱਲੋ ਬਸ ਸੁਣੀ ਚੱਲੋ ਸੁਣੀ ਚੱਲੋ ਕਿਉਂਕਿ ਕਹਾਣੀਆਂ ਨੇ ਇਹੀ ਸੁਣੀ ਚੱਲਣਾ ਇਹਦੇ ਅੰਦਰ ਉਹ ਨਹੀਂ ਇਹ ਪੁਆਇੰਟਸ ਤੁਹਾਡੇ ਲਈ ਲਿਖਣ ਨੂੰ ਕੁਝ ਨਹੀਂ ਹੈ ਉਹ ਤੁਸੀਂ ਪੀਡੀਐਫ ਤੋਂ ਚੈੱਕ ਕਰ ਲਓ ਬਸ ਸੁਣੀ ਚੱਲੋ ਚੁੱਪਚਾਪ ਹੈਨਾ 1996 ਵਿੱਚ S5C ਸ਼ੰਘਾਈ 5C ਪੰਜ ਕੰਟਰੀਜ਼ ਕਜ਼ਾਕਿਸਤਾਨ ਚਾਈਨਾ ਕਿਰਗਿਸਤਾਨ ਰਸ਼ੀਆ ਤੇ ਤਾਜਿਕਿਸਤਾਨ ਸੀ ਫਿਰ 2001 ਵਿੱਚ ਉਸਬੇਕਿਸਤਾਨ ਐਡ ਹੋ ਗਈ ਇਹ 6 ਕੰਟਰੀਜ਼ ਹੋ ਗਈ ਇਹਦਾ ਨਾਮ ਰੱਖਤਾ ਇਹਨਾਂ ਨੇ SCO ਫਿਰ ਇੰਡੀਆ ਤੇ ਪਾਕਿਸਤਾਨ ਬਿਕਮ ਮੈਂਬਰਸ ਇਨ 2017 ਮਤਲਬ ਕਿ 5 ਸਾਲ ਪਹਿਲਾਂ ਹੀ ਸਿਰਫ 5 ਸਾਲ ਪਹਿਲਾਂ ਹੀ ਇੰਡੀਆ ਤੇ ਪਾਕਿਸਤਾਨ ਇਹਦੇ ਮੈਂਬਰ ਬਣੇ ਨੇ ਠੀਕ ਹੈ ਜੀ ਦੇਖ ਰਹੋ ਕਿੰਨੀ ਰੀਸੈਂਟ ਦੀ ਗੱਲ ਹੈ 2017 ਵਿੱਚ ਇੱਕੀ ਚੱਲ ਰਿਹਾ 17 ਵਿੱਚ ਇੰਡੀਆ ਤੇ ਪਾਕਿਸਤਾਨ ਇਹਦੇ ਮੈਂਬਰ ਬਣੇ ਨੇ ਚਲੋ ਹਾਂਜੀ ਇੰਡੀਆ ਵਾਸ ਮੇਡ ਐਨ ਆਬਜ਼ਰਵਰ ਐਟ ਦਾ SCO ਇਨ 2005 ਜਿੱਦਾਂ ਮੈਂ ਪਹਿਲਾਂ ਗੱਲ ਕਹੀ ਸੀ ਆਬਜ਼ਰਵਰ ਹੁੰਦੇ ਆਬਜ਼ਰਵਰ ਕਿਹੜੀਆਂ ਹੁੰਦੇ ਜਿਹੜੇ ਉੱਥੇ ਬਸ ਦੇਖ ਸਕਦੇ ਨੇ ਵੀ ਕਿੱਦਾਂ ਫੰਕਸ਼ਨਿੰਗ ਹੁੰਦੀ ਹੈ ਕਿੱਦਾਂ ਇੱਕ ਕੰਟਰੀ ਦੂਜੇ ਨਾਲ ਕੋਆਪਰੇਟ ਕਰਦੀ ਹੈ ਹਰ ਫੀਲਡ ਵਿੱਚ ਤਾਂ ਇਹ ਆਬਜ਼ਰਵ ਕਰਦੇ ਸੀ VOTING RIGHTS ਨਹੀਂ ਸੀਗੇ ਇਹਦੇ ਅੰਦਰ ਨਹੀਂ ਨਹੀਂ ਗੁਰੀ ਹੋਊਗੀ ਆਰਗੇਨਾਈਜੇਸ਼ਨਸ ਕੰਪਲੀਟ ਕਰਕੇ ਰੈਪਿਡ ਫਾਇਰ ਰਿਵੀਜ਼ਨ ਹੀ ਚੱਲੂਗੀ ਠੀਕ ਹੈ ਸੋ ਐਸਈਓ 2005 ਵਿੱਚ ਸੀਗਾ ਐਸ ਜਨਰਲਲੀ ਪਾਰਟਿਸਿਪੇਟਡ ਇਨ ਮਿਨਿਸਟਰੀਅਲ ਲੈਵਲ ਮੀਟਿੰਗ ਆਫ ਦਾ ਗਰੂਪਿੰਗ ਵਿਚ ਫੋਕਸ ਮੇਨਲੀ ਔਨ ਸਿਕਿਉਰਿਟੀ ਐਂਡ ਇਕਨੋਮਿਕ ਕੋਆਪਰੇਸ਼ਨ ਤੇ 2005 ਤੱਕ 5 ਤੋਂ 5 ਤੋਂ ਨਾ ਹਾਂ 2005 ਤੋਂ ਆਬਜ਼ਰਵਰ ਸੀਗੇ ਤੇ ਮਿਨਿਸਟਰੀਅਲ ਲੈਵਲ ਮੀਟਿੰਗ ਤੇ ਅਸੀਂ ਪਾਰਟਿਸਿਪੇਟ ਕਰਦੇ ਰਹੇ ਭਾਰਤ ਨੂੰ 2005 ਵਿੱਚ ਐਸਈਓ ਇੱਕ ਨਿਰਿਤਖ ਬਣਾਇਆ ਗਿਆ ਸੀ ਆਬਜ਼ਰਵਰ ਬਣਾਇਆ ਗਿਆ ਸੀ ਅਤੇ ਉਸਨੇ ਆਮ ਤੌਰ ਤੇ ਸਮੂਹ ਦੀਆਂ ਮੰਤਰੀ ਪ ਜੋ ਮੁੱਖ ਤੌਰ ਤੇ ਯੂਰੇਸ਼ੀਅਨ ਖੇਤਰ ਵਿੱਚ ਸੁਰੱਖਿਆ ਅਤੇ ਆਰਥਿਕ ਸਹਿਯੋਗ ਦੇ ਕੇਂਦ੍ਰਿਤ ਹਨ ਹੈਨਾ ਇਹ ਗੱਲਾਂ ਸੀ ਧਿਆਨ ਰੱਖਣੀਆਂ ਚਲੋ ਇਹ ਉਹੀ ਗੱਲ ਆ ਪੰਜਾਬੀ ਚ ਨੇ ਇਹ ਜਿਹੜੀ ਮੈਂ ਲਿਖੀ ਹੋਈ ਸੀ ਸਾਰੀ ਗੱਲਾਂ ਉਹੀ ਪੰਜਾਬੀ ਚ ਨੇ 2001 ਵਿੱਚ ਉਜ਼ਬੇਕਿਸਤਾਨ ਦੇ ਸੰਗਠਨ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸ਼ੰਘਾਈ 5 ਦਾ ਨਾਮ ਬਦਲ ਕੇ SCO ਰੱਖਿਆ ਗਿਆ ਭਾਰਤ ਤੇ ਪਾਕਿਸਤਾਨ 2017 ਵਿੱਚ ਮੈਂਬਰ ਬਣੇ ਇਸਵਾਲ ਬਣਦਾ ਕਦੋਂ ਮੈਂਬਰ ਬਣੇ 2017 ਵਿੱਚ ਮੈਂਬਰ ਬਣੇ ਇਹ ਆਰਗੇਨਾਈਜੇਸ਼ਨ ਵਾਲੀ ਕਲਾਸ ਖਤਮ ਕਲਾਸਾ ਖਤਮ ਹੋਣ ਤੋਂ ਬਾਅਦ ਇੱਕ ਕਲਾਸ ਲਾਉਂਗਾ ਮੈਂ ਜਿਹਦੇ ਅੰਦਰ ਇਹਦੇ ਵਿੱਚੋਂ ਸਿਰਫ ਕੁਐਸਚਨ ਆਨਸਰਸ ਹੋਣਗੇ ਜਿਹੜਾ ਮੈਂ ਕਰਾਇਆ ਹੋਇਆ ਇਹਦੇ ਵਿੱਚੋਂ ਹੀ ਕੁਐਸਚਨ ਆਨਸਰ ਹੋਣਗੇ ਇੰਡੀਆ ਕਦੋਂ ਮੈਂਬਰ ਬਣਿਆ ਐ ਐਸਈਓ 5 ਕਦੋਂ ਬਣਿਆ ਸੀ ਐਸਈਓ 5 ਤੋਂ ਐਸਈਓ ਨਾ ਕਦੋਂ ਬਣਿਆ ਇਹਦਾ ਹੈੱਡਕ quartਰ ਕਿੱਥੇ ਇਹੋ ਜਿਹੇ ਸਵਾਲ ਲਾਵਾਂਗੇ ਇੱਕ ਕਲਾਸ ਚ ਸਾਰੇ ਕੇ ਸਾਰੇ ਆਰਗੇਨਾਈਜੇਸ਼ਨ ਸਾਰੇ ਉਹਦੇ ਇੰਪੋਰਟੈਂਟ ਐਮਸੀਕਿਊ ਖਤਮ ਹੈਨਾ ਚਲੋ ਇਹਦੀ ਮੈਂਬਰਸ਼ਿਪ ਦੇਖ ਲਓ ਮੈਂਬਰਸ ਕਿੰਨੇ ਨੇ 9 ਮੈਂਬਰਸ ਨੇ 9 ਕਜ਼ਾਕਿਸਤਾਨ ਚਾਈਨਾ ਕਿਰਗਿਸਤਾਨ ਤਜਿਕਿਸਤਾਨ ਰਸ਼ੀਆ ਉਜ਼ਬੇਕਿਸਤਾਨ ਇੰਡੀਆ ਪਾਕਿਸਤਾਨ ਤੇ ਬਿਲਕੁਲ ਲੇਟੈਸਟ ਮੈਂਬਰ ਹੈ ਈਰਾਨ ਨਵਾਂ ਮੈਂਬਰ ਕਿਹੜਾ ਹੈ ਈਰਾਨ ਆਬਜ਼ਰਵਰ ਸਟੇਟਸ ਚਾਰ ਨੇ ਅਫਗਾਨਿਸਤਾਨ ਬੇਲਾਰੂਸ ਈਰਾਨ ਤੇ ਮੰਗੋਲੀਆ ਤੇ ਡਾਇਲੌਗ ਪਾਰਟਨਰ ਇਹਨਾਂ ਨਾਲ ਮਤਲਬ ਕਿ ਗੱਲਾਂ ਕਰਦੇ ਐਸਿਓ ਐਜ਼ ਅ ਹੈਡ ਐਸਿਓ ਇੱਕ ਗੱਠ ਇੱਕ ਉਹ ਬਣ ਕੇ ਇੱਕ ਸੰਗਠਨ ਬਣ ਕੇ ਇਹਨਾਂ ਨਾਲ ਗੱਲ ਕਰਦੇ ਅਜ਼ਰਬਾਈਜਾਨ ਅਰਮੇਨੀਆ ਕੰਬੋਡੀਆ ਨੇਪਾਲ ਤੁਰਕੀ ਸਿਰ ਸ਼੍ਰੀਲੰਕਾ ਯਾਦ ਕੀ ਕਰਨਾ ਹੈ ਜਾਂ ਸਿਰਫ ਮੈਂਬਰਸ਼ਿਪ ਕਰਨੀ ਹੈ অবজারভার ਤੇ ਡਾਇਲੌਗ ਪਾਰਟਨਰ ਸੇ ਯਾਦ ਨਹੀਂ ਕਰਨੇ ਇਹ ਸਿਰਫ ਤੁਹਾਡੀ ਨੋਲੇਜ ਲਈ ਨੇ ਠੀਕ ਹੈ ਚਲੋ ਠੀਕ ਹੈ ਜੀ ਤਾਂ ਜੀ ਟੈਲੀਗ੍ਰਾਮ ਤੇ ਠੀਕ ਹੈ ਭਾਜੀ ਤਾਂ ਜੀ ਮੈਂਬਰਸ਼ਿਪ ਅਸੀਂ ਸਿਰਫ ਯਾਦ ਰੱਖਣੀ ਹੈ অবজারভার ਸਟੇਟ ਤੇ ਡਾਇਲੌਗ ਪਾਰਟਨਰ ਚ ਇਤੇ ਰੱਖਣੀ ਸਾਨੂੰ ਲੋਡ ਕੋਈ ਨਹੀਂ ਹੈ ਨਾ ਚਲੋ ਤਾਂ ਜੀ ਸਟਰਕਚਰ ਕੀ ਹੈ ਕਿਦਾਂ ਫੰਕਸ਼ਨ ਕਰਦੇ ਨੇ ਇਹ ਵੀ ਸਿਰਫ ਸਮਝੋ ਲਿਖਣਾ ਕੁਝ ਨਹੀਂ ਹੈ ਯਾਦ ਕੁਝ ਨਹੀਂ ਕਰਨਾ ਸਿਰਫ ਸਮਝੋ ਤਾਜੀ ਹੈਡ ਆਫ ਸਟੇਟ ਕਾਉਂਸਲ ਦਾ ਸੁਪਰੀਮ ਐਸਸੀਓ ਬਾਡੀ ਵਿਚ ਡਿਸਾਈਡਸ ਇਟਸ ਇੰਟਰਨਲ ਫੰਕਸ਼ਨਿੰਗ ਐਂਡ ਇਟਸ ਇੰਟਰੈਕਸ਼ਨ ਵਿਦ ਅਦਰ ਸਟੇਟਸ ਐਂਡ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਐਂਡ ਕਨਸੀਡਰ ਇੰਟਰਨੈਸ਼ਨਲ ਇਸ਼ੂ ਜਿਹੜਾ ਇਹਨਾਂ ਦਾ ਹੈਡ ਆਫ ਸਟੇਟ ਕਾਉਂਸਲ ਹੈ ਹੈਡਸ ਆਫ ਸਟੇਟ ਕਾਉਂਸਲ ਇਹ ਕਾਦੇਲੀ ਕੰਮ ਕਰਦਾ ਹੈ ਇਹ ਆਪਣੀ ਫੰਕਸ਼ਨਿੰਗ ਵੀ ਐਸਸੀਓ ਕਿਦਾਂ ਫੰਕਸ਼ਨ ਕਰੂਗੀ ਬਾਕੀ ਕੰਟਰੀਆਂ ਨਾਲ ਕਿਦਾਂ ਆਪਾਂ ਇੰਟਰੈਕਟ ਕਰਾਂਗੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਿਦਾ ਯੂਐਨ, ਡਬਲਯੂਐਚਓ, ਡਬਲਯੂਟੀਓ ਉਹਨਾਂ ਨਾਲ ਅਸੀਂ ਕਿਦਾਂ ਇੰਟਰੈਕਸ਼ਨ ਕਰਨ ਹੁੰਦਾ ਵੀ ਇੱਧਰ ਉੱਧਰ ਕਿਸ ਕੰਟਰੀ 'ਚ ਇਨਵੈਸਟ ਕਰਨਾ ਚਾਹੀਦਾ ਕਿੱਥੇ ਡਿਵੈਲਪਮੈਂਟ ਦੀ ਲੋੜ ਹੈ ਕਨਸੀਡਰਸ ਐਂਡ ਡਿਸਾਈਡਸ ਅਪਨ ਇਸ਼ੂਜ਼ ਰਿਲੇਟਡ ਇਕਨੋਮਿਕ ਸਫੀਅਰਸ ਮਤਲਬ ਕਿ ਇਹਨਾਂ ਦਾ ਕੰਮ ਹੋ ਗਿਆ ਗਵਰਨੈਂਸ ਕਿ ਇਹਨਾਂ ਦਾ ਕੰਮ ਹੋ ਗਿਆ ਸਟੇਟ ਕਾਉਂਸਲ ਦਾ ਹੈਡਸ ਆਫ ਗਵਰਨਮੈਂਟ ਕਾਉਂਸਲ ਦਾ ਕੰਮ ਕੀ ਹੋਗਾ ਪੈਸਾ ਪੈਸੇ ਹੀ ਲਿਖ ਰਿਹਾ ਮੈਂ ਸਿੱਧਾ ਹੈ ਨਾ ਇਕਨੋਮਿਕ ਵਾਲੇ ਕੰਮ ਪੈਸੇ ਵਾਲੇ ਕੰਮ ਤੀਜਾ ਕਾਉਂਸਲ ਆਫ ਮਿਨਿਸਟਰ ਆਫ ਫੋਰਨ ਅਫੇਅਰਸ ਕਨਸੀਡਰ ਇਸ਼ੂਜ਼ ਰਿਲੇਟਡ ਟੂ ਡੇ ਟੂ ਡੇ ਐਕਟੀਵਿਟੀਜ਼ ਇਹ ਤਾਂ ਕੁਛ ਨਹੀਂ regular activities ਲਈ ਤੇ ਰੈਟਸ ਕੀ origignal anti terrorism structure ਇਹ ਇੰਪੋਰਟੈਂਟ ਹੈ establised to combat terrorism separatism and extremism ਜੇ ਵੀ ਕੰਟਰੀਆਂ ਚ ਅਤਵਾਦ ਹੁੰਦਾ ਐਕਸਟਰੀਮਿਜ਼ਮ ਤੁਹਾਨੂੰ ਪਤਾ ਜਿੱਦਾਂ ਲੈਫਟ ਵਿੰਗ ਐਕਸਟਰੀਮਿਜ਼ਮ ਹੁੰਦਾ ਅਸੀਂ ਅੱਜ ਸਵੇਰ ਵਾਲੀ ਕਲਾਸ ਚ ਦੱਸਿਆ ਸੀ ਨੈਸ਼ਨਲ ਕ੍ਰਾਈਮ ਬਿਊਰੋ ਨੇ 2017 ਵਾਲੀ ਰਿਪੋਰਟ ਚ ਤਿੰਨ ਚੀਜ਼ਾਂ ਨੂੰ ਐਂਟੀ ਨੈਸ਼ਨਲ ਦੱਸਿਆ ਜੀ ਕੀ ਕੁਝ ਸੀ ਲੈਫਟ ਲੈਫਟ ਵਿੰਗ ਐਕਸਟਰੀਮਿਸਟ ਸੀਗੇ ਨਾਰਥ-ਈਸਟ ਵਾਲੇ ਇਨਸਰਜੈਂਟ ਸੀਗੇ ਤੇ ਟੈਰਰਿਸਟ ਸੀ ਇਨ ਤਿੰਨਾਂ ਨੂੰ ਉਹਨਾਂ ਨੇ ਕੀ ਕਿਹਾ ਸੀ ਅ ਐਂਟੀ ਨੈਸ਼ਨਲ ਕਿਹਾ ਸੀ ਤੇ ਉਹੀ ਕੰਮ ਹੈ ਐਂਟੀ ਰੈਟਸ ਦੀ ਫੁੱਲ ਫਾਰਮ ਯਾਦ ਰੱਖਣੀ ਹੈ ਰੀਜਨਲ ਐਂਟੀ ਟੈਰਰਿਜ਼ਮ ਸਟਰਕਚਰ ਇਹ ਅਤਵਾਦੀ ਅਗੇਂਟ ਤੇ ਐਸਓ ਸੈਕਟਰੀਏਟ ਇਹ ਬੇਸਡ ਇਨ ਬੀਜਿੰਗ ਟੂ ਪ੍ਰੋਵਾਈਡ ਇਨਫੋਰਮੇਸ਼ਨ ਐਨਾਲਿਟিক্যাল ਐਂਡ ਆਰਗੇਨਾਈਜ਼ੇਸ਼ਨਲ ਸਪੋਰਟ ਮਤਲਬ ਕਿ ਹੋਣਾ ਚਾਹੀਦਾ ਵੀ ਇੱਥੇ ਹੈੱਡਕੁਆਰਟਰ ਕਿਸੇ ਨੂੰ ਕੁਝ ਵੀ ਕੰਮ ਪੈ ਜੇ ਤਾਂ ਉਹ ਹੈੱਡਕੁਆਰਟਰ ਤੇ ਜਾ ਸਕਦਾ ਠੀਕ ਹੈ ਜੀ ਐਸਸੀਓ ਚ ਰੈਟ ਦਾ ਕੁਐਸਚਨ ਵੀ ਕਈ ਕੁਐਸਚਨ ਚ ਆਉਂਦਾ ਸਰ ਬਿਲਕੁਲ ਆਂਦਾ ਗੁਰੀ ਇਹ ਤਾਂ ਹੀ ਕਰਾ ਰਹੇ ਦੇਖੋ ਇੰਪੋਰਟੈਂਟ ਚੀਜ਼ ਹੈ ਤਾਂ ਹੀ ਕਰਾ ਰਹੇ ਹਾਂ ਠੀਕ ਹੈ ਇੰਨਾ ਮੈਂ ਕਰਾਈ ਜਾਣਾ ਨਾਲ ਨਾਲ ਯਾਰ ਹੋ ਸਕੇ ਤਾਂ ਸੈਸ਼ਨ ਨੂੰ ਸ਼ੇਅਰ ਕਰ ਦਿਆ ਕਰੋ ਯਾਰ ਤੇ ਲਾਈਕ ਕਰ ਦਿਆ ਕਰੋ ਇੰਨੀ ਮਿਹਨਤ ਮੈਂ ਨਹੀਂ ਕੀਤੀ ਅੱਜ ਤੱਕ ਮੈਂ ਸੱਚੀ ਦੱਸ ਰਿਹਾ ਚਲੋ ਤਾਂ ਇਨੀਸ਼ੀਅਲੀ ਦਾ ਐਸਸੀ ਆ ਉਹ ਫੋਕਸਡ ਔਨ ਮਿਊਚੁਅਲ ਇੰਟਰ ਰੀਜਨਲ ਐਫਰਟਸ ਟੂ ਕਰਵ ਟੈਰਰਿਜ਼ਮ ਸਟਾਰਟਿੰਗ ਵਿੱਚ ਕੀ ਸੀ ਐਸਸੀਓ ਦਾ ਕੰਮ ਸੀ ਕਿ ਆਪਸ ਵਾਲੀ ਜਿਹੜੀ ਕੰਟਰੀ ਉਹਨਾਂ ਨੂੰ ਸੁਰੱਖਿਆ ਦੇਣੀ ਅਤਵਾਦ ਤੋਂ ਬਚਾਉਣਾ ਉਹ ਹੀ ਐਕਸਟ੍ਰੀਮਿਜ਼ਮ ਦੀ ਗੱਲ ਹੋ ਰਹੀ ਹੈ ਫਿਰ 2006 ਵਿੱਚ ਕੀ ਹੋਇਆ SCO ਦਾ ਅਜੰਡਾ ਵੱਡਾ ਹੋ ਗਿਆ ਉਹਨਾਂ ਨੇ ਇਨਕਲੂਡ ਕਰ ਲਿਆ ਕੰਬੈਟਿੰਗ ਇੰਟਰਨੈਸ਼ਨਲ ਡਰਗ ਟ੍ਰੈਫਿਕਿੰਗ ਐਜ਼ ਅ ਸੋਰਸ ਆਫ ਫਾਈਨੈਂਸ਼ੀਅਲ ਗਲੋਬਲ ਤਾਂ ਤੁਹਾਨੂੰ ਪਤਾ ਹੋਵੇ ਕੋਈ ਵੀ ਆਪਾਂ ਮੂਵੀ ਦੇਖਦੇ ਹਾਂ ਉਹਦੇ ਅੰਦਰ ਕੀ ਹੁੰਦਾ ਜਿਹੜਾ ਡਰਗ ਮਾਫੀਆ ਹੁੰਦਾ ਡਰਗ ਲਾਰਡ ਹੁੰਦਾ ਬਹੁਤ ਅਮੀਰ ਹੁੰਦਾ ਤਾਂ ਉਹਨਾਂ ਨੂੰ ਵੀ ਟੈਕਲ ਕਰਨ ਲਈ ਵੀ ਡਰਗ ਦੀ ਜਿਹੜੀ ਇਹ ਬਿਮਾਰੀ ਹੈ ਇਹਨੂੰ ਵੀ ਦੂਰ ਕਰੀਏ 2006 ਤੋਂ ਸ਼ੁਰੂ ਕਰਤਾ ਇਹਨਾਂ ਨੇ ਫਿਰ 2008 ਵਿੱਚ SCO ਐਕਟਿਵਲੀ ਪਾਰਟਿਸਿਪੇਟਡ ਇਨ ਬ੍ਰਿੰਗਿੰਗ ਬੈਕ ਸਟੈਬਿਲਿਟੀ ਇਨ ਅਫਗਾਨਿਸਤਾਨ ਤੁਹਾਨੂੰ ਪਤਾ ਹੀ ਅਫਗਾਨਿਸਤਾਨ ਦੇ ਅੱਜ ਕੀ ਐਟ ਦ ਸੇਮ ਟਾਈਮ এসইউ ਟੁਕ ਅਪ ਅ ਵੈਰਾਈਟੀ ਆਫ ਇਕਨੋਮਿਕ ਐਕਟੀਵਿਟੀਜ਼ ਠੀਕ ਹੈ 2003 ਵਿੱਚ এসইউ ਮੈਂਬਰਸ਼ਿਪ ਨੇ ਸਾਈਨ ਕੀਤਾ 20 ਸਾਲ ਦਾ ਪ੍ਰੋਗਰਾਮ ਆਫ ਮਲਟੀਲੇਟਰਲ ਟ੍ਰੇਡ ਇਕਨੋਮੀ ਕੋਆਪਰੇਸ਼ਨ ਕੁਝ ਨਹੀਂ ਹੈ ਤਾਂ ਜੀ ਬੇਸਿਕ ਬੇਸਿਕ ਜੀ ਗੱਲਾਂ ਕੀ ਹੋ ਗਈ ਉਹਨਾਂ ਦਾ ਕੰਮ ਕੀ ਸੀ ਟੈਰਰਿਜ਼ਮ ਲੈਫਟ ਵਿੰਗ ਸੌਰੀ ਐਕਸਟ੍ਰੀਮਿਜ਼ਮ ਤੇ ਸੈਪਰੇਟਿਜ਼ਮ ਜਿਹੜੇ ਕਹਿੰਦੇ ਨਹੀਂ ਕਹਿੰਦੇ ਨਹੀਂ ਸੈਪਰੇਟਿਸ ਲੀਡਰ ਨੇ ਜਿੱਦਾਂ ਉਹਨਾਂ ਤੋਂ ਅਡਰ ਰੱਖਣਾ ਐਕਸਟ੍ਰੀਮ ਕੋਈ ਵੀ ਕਿਸੇ ਵੀ ਆਈਡੀਓਲੋਜੀ ਜਿਹੜੇ ਐਕਸਟ੍ਰੀਮ ਚੱਲ ਗਏ ਉਹਨਾਂ ਤੋਂ ਅਡਰ ਰਹਿਣਾ ਤਾਂ ਐਸਸੀਓ ਦਾ ਮੇਨ ਕੰਮ ਸੀ ਸਿਕਿਉਰਿਟੀ ਉਸ ਤੋਂ ਬਾਅਦ ਉਹ ਕਿਹਦੇ ਵਿੱਚ ਵੜ ਗਏ ਵੀ ਅਫਗਾਨਿਸਤਾਨ ਨੂੰ ਸਟੇਬਲ ਕਰਨਾ ਪੈਸੇ ਵਾਲੇ ਕੰਮਾਂ 'ਚ ਪੜ ਗਏ ਬੇਸਿਕ ਕੰਮ ਸੀ ਉਹਨਾਂ ਦਾ ਸਿਕਿਉਰਿਟੀ ਇਹ ਸਾਰਾ ਉਹੀ ਪੰਜਾਬੀ 'ਚ ਲਿਖਿਆ ਹੋਇਆ ਜਿਹੜਾ ਪੜਨਾ ਚਾਹੁੰਦਾ ਪੀਡੀਐਫ 'ਚ ਪੜ ਲਿਓ ਹੈਨਾ ਮੈਂ ਸਮਝਾਤਾ ਸਭ ਬਿਲਕੁਲ ਇਹੀ ਸਮਝਾਇਆ ਜਿਹੜਾ ਲਿਖਿਆ ਹੋਇਆ ਹੈ 21st समिट ਹੋਇਆ ਇਸ ਸਾਲ ਹੋਇਆ 2021 ਚ ਹੋਇਆ ਤਾਂ ਇੰਪੋਰਟੈਂਟ ਆ ਤਾਂ 21ਵਾਂ ਸਮਿਟ ਆਫ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਕਾਉਂਸਲ ਆਫ ਹੈਡਸ ਆਫ ਸਟੇਟ ਵਾਸ ਹੈਲਡ ਰੀਸੈਂਟਲੀ ਵਾਇਆ ਵੀਡੀਓ ਕਾਨਫਰੈਂਸਿੰਗ ਇਨ ਦੁਸ਼ਨਬੇ ਤਾਜੀਕਿਸਤਾਨ ਤਾਂ ਜੀ ਤਾਜੀਕਿਸਤਾਨ ਇਸ ਵਾਰੀ ਹੋਸਟ ਕੰਟਰੀ ਸੀ ਤੇ ਵੀਡੀਓ ਕਾਨਫਰੈਂਸਿੰਗ ਰਾਹੀ ਹੋਇਆ ਓਬਵੀਅਸ ਜੀ ਗੱਲ ਹੈ ਕੋਵਿਡ 19 ਕਿਦਾਂ ਕਰਨਾ ਸੀ ਹੈਨਾ ਤਾਂ ਜੀ ਐਟ ਦਾ ਮੀਟ ਦਾ ਫੋਕਸ ਵਾਸ ਪ੍ਰਾਇਮਰੀ ਔਨ ਦਾ ਗਰਾਉਂਡ ਸਿਚੁਏਸ਼ਨ ਇਫ ਅਫਗਾਨਿਸਤਾਨ ਐਂਡ ਇਟਸ ਗਲੋਬਲ ਰਿਪਰਕਸੈਨਸ ਇਹਦਾ ਮੇਨ ਮੋਟਿਵ अफगानिस्तान ਜਿਹਨਾਂ ਗਾ ਪਿਆ ਹੋਇਆ ਉਹਨੂੰ ਆਪਾਂ ਕਿਦਾਂ ਸੁਧਾਰਨਾ ਤੇ ਉਹਦੇ ਗਲੋਬ ਤੇ ਕੀ ਫਰਕ ਪੈ ਰਹੇ ਨੇ ਕੀ ਇਫੈਕਟ ਹੋ ਰਿਹਾ ਇਹ ਸਭ ਕੁਝ ਠੀਕ ਹੈ ਜੀ ਈਰਾਨ ਹੈਜ਼ ਬੀਨ ਐਕਸੈਪਟਡ ਐਜ਼ ਦ ਨਾਇਨਥ ਫੁੱਲ ਮੈਂਬਰ ਆਫ ਦ ਆਰਗੇਨਾਈਜੇਸ਼ਨ ਜਿੱਦਾਂ ਆਪਾਂ ਗੱਲ ਕਹੀ ਈਰਾਨ ਇਹਦਾ ਨੌਵਾਂ ਮੈਂਬਰ ਬਣ ਚੁੱਕਾ ਹੈ ਨਾ ਚਲੋ ਇਹ ਧਿਆਨ ਰੱਖਣਾ ਕਿੱਥੇ ਹੋਈ ਸੀ ਦੁਸ਼ਨਬੇ ਤਜਿਕਿਸਤਾਨ ਵਿੱਚ ਹੋਈ ਸੀ ਚਲੋ ਇਹਦੀ ਮੈਂਬਰਸ਼ਿਪ ਕਿੱਦਾਂ ਹੁੰਦੀ ਹੈ ਇਟ ਇਜ਼ ਰੋਟੇਟਡ ਫਾਰ ਅ ਈਅਰ ਬਾਇ ਮੈਂਬਰਸ਼ਿਪ ਹਰ ਸਾਲ ਇੱਕ ਮੈਂਬਰਸ਼ਿਪ ਕੋਲ ਹੁੰਦੀ ਹੈ ਐਸਸੀਓ ਦਾ ਸੈਕਰੇਟਰੀਏਟ ਬੀਜਿੰਗ ਵਿੱਚ ਇਸ ਟਾਈਮ ਸੈਕਰੇਟਰੀਟ ਦੇ ਹੈਡ ਕੋਨ ਵਿਲਾਦਮੀਰ ਨੋਰੋਵ ਦਾ ਨਾਮ ਉਜ਼ਬੇਕਿਸਤਾਨ ਜਿਹੜਾ ਨੇ ਇੱਕ ਸਵੇਰੇ ਕਰੰਟ ਅਫੇਅਰ ਦੀ 8 ਵਜੇ ਕਲਾਸ ਲਾਂਦੇ ਨੇ ਉਹਨਾਂ ਨੂੰ ਸਾਫ਼ ਪਤਾ ਹੋਣਾ ਇਹ ਹੈ ਤੇ ਐਗਜ਼ੀਕਿਊਟਿਵ ਕਮੇਟੀ ਆਫ ਦਾ ਰੈਟਸ ਸਟਰਕਚਰ ਇਹ ਕਿੱਥੇ ਹੈ ਇਹ ਹੈ ਜੀ ਟਸ਼ਕੈਂਟ ਵਿੱਚ ਕਿੱਥੇ ਹੈ ਜੀ ਟਸ਼ਕੈਂਟ ਵਿੱਚ ਇਹ ਗੱਲਾਂ ਸੀ ਧਿਆਨ ਰੱਖਾਂਗੇ ਠੀਕ ਹੈ ਜੀ ਐਸਸੀਓ ਨਿਬੜ ਗਿਆ ਕਿਸੇ ਨੂੰ ਕੁਝ ਪੁੱਛਣਾ ਹੋਵੇ ਤਾਂ ਨਾਲ ਨਾਲ ਪੁੱਛੀ ਜਾਵੇ ਕਿਉਂਕਿ ਹਜੇ ਯੂਐਨ ਵੀ ਕਰਨਾ ਹੈ ਯੂਐਨ ਤੋਂ ਬਾਅਦ ਅਸੀਂ ਕਾਮਨਵੈਲਥ ਵੀ ਕਰਨਾ ਹੈ ਬਹੁਤ ਸਾਰਾ ਹੈ ਹਾਂਜੀ ਅਵਿਕਾਂਚ ਮਿਗਲਾਨੀ ਦੇਖੋ ਕਿ ਕਰੰਟ ਅਫੇਅਰ ਹੈ ਇਹ ਹੈ ਜਨਰਲ ਸਾਇੰਸ ਜਿਸ ਨੂੰ ਹਮ ਕਹਿੰਦੇ ਜਨਰਲ ਅਵੇਅਰਨੈਸ ਕਿਸੇ ਵੀ ਪੇਪਰ ਮੈਂ ਆਪ ਜਾਓਗੇ ਨਾ ਕਰੰਟ ਅਫੇਅਰ ਮੰਨ ਲਓ ਵੀ ਐਸਸੀਓ ਹੋਇਆ ਹੈ ਆਪਕਾ 21st ਵੀਅਰ ਉਜ਼ਬੇਕਿਸਤਾਨ ਮੇ ਹੋਇਆ ਹੈ पीपीएससी की तैयारी कर रहे हो किसी और बड़े पेपर की तैयारी कर रहे हो उससे आपको इनडायरेक्टली पूछा जाएगा कि उसके हेड कौन है ਬਨਾ ਕਬਾ ਤਾਂ ਇਹ ਚੀਜ਼ੀ ਹੁੰਦੀ ਹੈ ਤਬ ਕਰਾ ਰਹਾ ਮੈਂ ਇਹ ਠੀਕ ਹੈ ਜੀ ਕਿਆ ਨਾਮ ਅਵਿਕਾਂਸ਼ ਮਿਗਲਾਨੀ ਹਾਂ ਚਲੋ ਹੁਣ ਆਪਾਂ ਗੱਲ ਕਰਾਂਗੇ ਯੂਨ ਬਾਰੇ ਯੂਨਾਈਟਿਡ ਨੇਸ਼ਨਸ ਬਾਰੇ ਇਹਨਾਂ ਦਾ ਦਫਤਰ ਬਹੁਤ سارے ਝੰਡੇ ਯੂਨਾਈਟਿਡ ਨੇਸ਼ਨ ਲਿਖਿਆ ਉੱਤੇ ਠੀਕ ਹੈ ਨਾ ਤਾਂ ਜੀ ਐਸ ਵਰਲਡ ਇਹ ਬਣਿਆ ਕਿਉਂ ਕਿੱਦਾਂ ਬਣਿਆ ਇਹਦੇ ਬਾਰੇ ਗੱਲ ਕਰਦੇ ਜਿੱਦਾਂ ਵਰਲਡ ਵਾਰ ਟੂ ਖਤਮ ਹੋਇਆ ਅਬਾਊਟ 201945 ਨੇਸ਼ਨਸ ਵਰੀਨ ਰਿਊਨਸ ਐਂਡ ਦਾ ਵਰਲਡ ਵਾਂਟਿਡ ਪੀਸ ਨੇਸ਼ਨ ਜੀ ਤਬਾਹ ਹੋਏ ਹੋਏ ਸੀ ਤੁਹਾਨੂੰ ਪਤਾ ਹੀ ਵਰਲਡ ਵਾਰ ਟੂ ਬਹੁਤ ਗਾ ਪਾਇਆ ਸੀ ਜਰਮਨੀ ਵਾਲਿਆਂ ਨੇ ਤੇ ਸਭ ਨੂੰ ਸ਼ੁਕ ਸ਼ਾਂਤੀ ਚਾਹੀਦੀ ਸੀ ਯਾਰ ਕਿ ਬਹੁਤ ਹੋ ਗਿਆ ਲੜਾਈਆਂ ਬਹੁਤ ਲੜ ਲਏ ਹੁਣ ਸ਼ੁਕ ਸ਼ਾਂਤਰੀ ਸ਼ਾਂਤੀ ਚਾਹੀਦੀ ਹੈ ਅੱਗੇ ਰਿਪਰੈਜ਼ੈਂਟੇਟਿਵਸ ਆਫ 50 ਕੰਟਰੀ ਗੈਦਰਡ ਐਟ ਦਾ ਯੂਨਾਈਟਿਡ ਨੇਸ਼ਨਸ ਕਾਨਫਰੰਸ ਔਨ ਇੰਟਰਨੈਸ਼ਨਲ ਔਰਗੇਨਾਈਜੇਸ਼ਨ ਇਨ ਸੈਨ ਫਰਾਂਸਿਸਕੋ ਕੈਲੀਫੋਰਨੀਆ ਫਰੋਮ 25 ਅਪ੍ਰੈਲ ਟੂ 26 ਜੂਨ ਕਿੰਨੀ ਕੰਟਰੀ ਇਕੱਠੀ ਹੋਈ 50 ਕੰਟਰੀ ਇਕੱਠੀ ਹੋਈ ਕਿੱਥੇ ਕੰਟਰੀ ਇਕੱਠੀ ਹੋਈ ਸੈਨ ਫਰਾਂਸਿਸਕੋ ਸੈਨ ਫ੍ਰਾਂਸਿਸਕੋ ਤੇ ਮੀਟਿੰਗ ਦਾ ਨਾਂ ਕੀ ਸੀ ਯੂਨਾਈਟਿਡ ਨੇਸ਼ਨਸ ਕਾਨਫਰੰਸ ਔਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇਹਨਾਂ ਨੇ ਮੀਟਿੰਗ ਕੀਤੀ 50 ਕੰਟਰੀਜ਼ ਨੇ ਆ ਕੇ ਇਕੱਠੇ ਆ ਕੇ ਮੀਟਿੰਗ ਕੀਤੀ ਵੀ ਅਸੀਂ ਇਹੋ ਜੀ ਮੀਟਿੰਗ ਕਰਦੇ ਆ 25 ਅਪ੍ਰੈਲ ਤੋਂ ਲੈ ਕੇ 26 ਜੂਨ ਤੱਕ ਇਹ ਮੀਟਿੰਗ ਚੱਲੀ ਸੁੱਖ ਸ਼ਾਂਤੀ ਲਈ ਵੀ ਅਸੀਂ ਬਹੁਤ ਵੱਡਾ ਧੂਪਾਲਾ ਹੋ ਗਿਆ For the next 2 months they proceeded to draft and then sign the UN Charter which created a new international organization the United Nations which it was hoped would prevent another world war like the one they had just lived ta 2 mahine 25 April to leke 26 June mai June 2 mahine inane meeting kiti te decide ke kita ki UN Charter ik dastavez taiyar kita jeda ki bas countries te kuch lagam laave ve ਦੋ ਵਰਲਡ ਵਾਰ ਹੋ ਚੁੱਕੇ ਨੇ ਹੁਣ ਤੀਜਾ ਨਾ ਹੋ ਜਾਏ ਇਹਦੇ ਲਈ ਬਣਾਇਆ ਗਿਆ ਸੀ ਬੇਸਿਕਲੀ ਗੱਲ UN ਕਿਉਂ ਬਣਾਇਆ ਗਿਆ ਸੀ ਵੀ ਵਰਲਡ 'ਚ ਸੁੱਖ ਸ਼ਾਂਤੀ ਆਵੇ ਕਿ ਹੋਰ ਵਰਲਡ ਵਾਰ ਨਾ ਹੋਵੇ ਠੀਕ ਹੈ ਜੀ ਚਲੋ ਰੀਸੈਂਟ ਕੰਟਰੀ ਟੂ ਜੁਆਇਨ SCO ਗੁਰੀ ਉਹ ਹੈ ਜੀ ਈਰਾਨ ਇਹ ਉਹੀ ਚੀਜ਼ ਅਸੀਂ ਪੰਜਾਬੀ 'ਚ ਦੱਸੀ ਹੋਈ ਹੈ PDF 'ਚ ਪੜਨ ਵਾਲਾ ਜ਼ਰੂਰ ਪੜੇ ਤਾਂ ਜੀ 4 ਮੰਥਸ ਆਫਟਰ ਦਾ ਸੈਨ ਫ੍ਰਾਂਸਿਸਕੋ ਕਾਨਫਰੈਂਸ ਐਂਡਿਡ 4 ਮਹੀਨੇ ਕਦੋਂ ਖਤਮ ਹੋਈ ਜੂਨ 'ਚ ਖਤਮ ਹੋਈ 4 ਮਹੀਨੇ ਜੁਲਾਈ ਅਗਸਤ ਸਤੰਬਰ ਅਕਤੂਬਰ The United Nations officially began on 24 October 1945. मैं देख रहा हूं कई बच्चे ने पहले ही आंसर कितना है 24 October 1945. मनु मंसल ने 25 लिखा है, but 24 October 1945 है. When it came into existence, after its charter had been ratified by China, France, Soviet Union, UK, US and by a majority of other signatories. चार मिनट ने तक ਉਹਨਾਂ ਦੇ ਬਾਕੀ ਕੰਟਰੀ ਨੂੰ ਦੇਈਗੇ ਉਹਨਾਂ ਨੇ ਰੀਡ ਕੀਤਾ ਕਿ ਇਹਦੇ ਅੰਦਰ ਕੁਝ ਪ੍ਰੋਬਲਮ ਹੋ ਸਕਦੀ ਹੈ ਕੋਈ ਆਬਜੈਕਸ਼ਨ ਹੈ ਉਹ ਸਾਰੇ ਕੁਝ ਹੋਇਆ ਤੇ 4 ਮਹੀਨੇ ਬਾਅਦ 24 ਅਕਤੂਬਰ 1945 ਨੂੰ UN ਐਕਚੁਅਲੀ ਹੋਣਦ ਚ ਆਇਆ ਬੀਇੰਗ ਇਨਟੂ ਬੀਇੰਗ ਆਇਆ ਠੀਕ ਹੈ ਇਹ ਗੱਲਾਂ ਧਿਆਨ ਚ ਰੱਖਾਂਗੇ ਚਲੋ ਤਾਂ ਜੀ ਪ੍ਰੀਡੈਸਸਰ ਦ ਲੀਗ ਆਫ ਨੇਸ਼ਨ ਪ੍ਰੀਡੈਸਸਰ ਇਹ ਤੋਂ ਪਹਿਲਾਂ ਮਤਲਬ ਕਿ UN ਤੋਂ ਪਹਿਲਾਂ ਕੀ ਸੀ ਉਹਨੂੰ ਕਹਿੰਦੇ ਸੀ ਸੀ ਲੀਗ ਆਫ ਨੇਸ਼ਨ ਦ ਲੀਗ ਆਫ ਨੇਸ਼ਨਸ ਆਫ ਦਾ ਯੂਨਾਈਟਿਡ ਨੇਸ਼ਨ ਵਾਸ ਦਾ ਲੀਗ ਆਫ ਨੇਸ਼ਨ ਇਹ ਕਦੋਂ ਸਟੈਬਲਿਸ਼ ਹੋਇਆ ਸੀ 1919 ਵਿੱਚ ਇਹ ਬਹੁਤ ਸਵਾਲ ਬਣ ਰਹੇ ਨੇ ਜਿਹੜੇ ਬੱਚੇ ਛੱਡ ਕੇ ਜਾ ਰਹੇ ਨੇ ਕਲਾਸ ਉਹਨਾਂ ਨੂੰ ਪਤਾ ਲੱਗਣਾ ਪੀਪੀਐਸਸੀ ਪੇਪਰ 'ਚ ਕੀ ਗਾ ਪਿਆ ਤਾਂ ਜੀ 1919 ਵਿੱਚ ਆਫਟਰ ਵਰਲਡ 1 ਅੰਡਰ ਦਾ ਟ੍ਰੀਟੀ ਆਫ ਵਰਸਾਈਲਿਸ ਟੂ ਪ੍ਰੋਮੋਟ ਇੰਟਰਨੈਸ਼ਨਲ ਕੋਆਪਰੇਸ਼ਨ ਐਂਡ ਟੂ ਅਚੀਵ ਪੀਸ ਐਂਡ ਸਿਕਿਉਰਿਟੀ ਤਾਂ ਜੀ 1919 ਵਿੱਚ ਜਦੋਂ ਪਹਿਲਾ ਵਰਲਡ ਵਾਰ ਖਤਮ ਹੋ ਗਿਆ ਸੀ ਉਦੋਂ ਇਹ ਟ੍ਰੀਟੀ ਆਵਰਸੈਲਿਸ ਬਣੀ ਸੀ ਉਦੋਂ ਇਹਨਾਂ ਨੇ ਲੀਗ ਆਫ ਨੇਸ਼ਨਸ ਬਣਾਈ ਸੀ ਟੂ ਪ੍ਰੋਮੋਟ ਇੰਟਰਨੈਸ਼ਨਲ ਕੋਆਪਰੇਸ਼ਨ ਐਂਡ ਟੂ ਅਚੀਵ ਪੀਸ ਐਂਡ ਸਿਕਿਉਰਿਟੀ ਉਦੋਂ ਵੀ ਇੱਕ ਜਿੱਦਾਂ ਯੂਨ ਬਣਿਆ ਸੀ ਉਦੋਂ ਵੀ ਬਣਾਈ ਗਈ ਸੀ ਲੀਗ ਆਫ ਨੇਸ਼ਨ ਵੀ ਸੁਖ ਸ਼ਾਂਤੀ ਰੱਖਾਂਗੇ ਕੋਆਪਰੇਸ਼ਨ ਨਾਲ ਇੱਕ ਦੂਜੇ ਨਾਲ ਕੋਆਪਰੇਟ ਕਰਕੇ ਕੰਮ ਕਰਾਂਗੇ ਬਟ ਹੋਇਆ ਨਹੀਂ ਸਾਨੂੰ ਪਤਾ ਹੀ ਦੂਜਾ ਵਰਲਡ ਵਾਰ ਵੀ ਹੋਇਆ ਤੋਂ ਬਾਅਦ ਫਿਰ ਦੇਸਪਾਈਟ ਸਮ ਅਰਲੀ ਸਕਸੈਸਿਸ ਦੀ ਲੀਗ ਆਫ ਨੇਸ਼ਨਸ ਵਾਟ ਨਾਟ ਏਬਲ ਟੂ ਪ੍ਰੀਵੈਂਟ ਵਰਲਡ ਵਾਰ 2 ਉਹੀ ਆਪਾਂ ਗੱਲ ਕੀਤੀ ਬਣਾ ਤਾਂ ਲਿਆ ਸੀ ਇਹਨਾਂ ਨੇ ਬਟ ਉਸ ਤੋਂ ਬਾਅਦ ਵਰਲਡ ਵਾਰ 2 ਤੱਕ ਇਹ ਰੋਕ ਨਹੀਂ ਸਕਿਆ ਉਹਨਾਂ ਫਿਰ ਐਜ਼ ਆਫ ਅਪ੍ਰੈਲ 20 1946 ਦ ਲੀਗ ਆਫ ਨੇਸ਼ਨ ਸੀਜ਼ ਟੂ ਐਗਜ਼ਿਟ 20 ਅਪ੍ਰੈਲ 1946 ਨੂੰ ਬੰਦ ਹੋ ਗਿਆ ਸੀ ਤੇ ਜਿੰਨਾ ਵੀ ਇਹਨਾਂ ਦਾ ਕਾਰਪਾਹ ਆਰ ਸੀ ਜਿੰਨਾ ਵੀ ਇਹ ਕੰਮ ਕਰਦੇ ਜਿੰਨਾ ਵੀ ਇਹਨਾਂ ਦੇ ਦਸਤਾਵੇਜ਼ ਵਗੈਰਾ ਹੋਗੇ ਉਹਨਾਂ ਨੇ ਸਾਰੇ ਯੂਨਾਈਟਿਡ ਨੇਸ਼ਨਸ ਦੇ ਦਿੱਤੇ ਸੀ ਕਿਉਂਕਿ 20 ਅਕਟੋਬਰ 1945 ਨੂੰ ਯੂਨਾਈਟਿਡ ਨੇਸ਼ਨਸ ਹੀ ਬਣ ਗਿਆ ਸੀ ਤਾਂ ਇਹ ਸਭ ਹੋ ਪ੍ਰੀਪਰੇਟਰੀ ইয়ারਸ ইউএন ਚਾਰਟਰ ਹਿਸਟਰੀ ਬਣਨ ਤੋਂ ਪਹਿਲਾਂ ਕੀ ਸੀ ਇਹ ਨੇ ਜੀ ਜੂਲੀਅਨ ਆਰਕ ਸੈਸਰੇਸ ਪਤਾ ਨਹੀਂ ਕੀ ਬਾਈ ਦਾ ਨਾਮ ਅੰਬੈਸਡਰ ਟੂ ਦਾ ਯੂਨਾਈਟਿਡ ਸਟੇਟਸ ਚੇਅਰਮੈਨ ਆਰ ਅ ਡੈਲੀਗੇਸ਼ਨ ਫਰਮ ਹਾਂਡੂਰਾਸ ਸਾਈਨਿੰਗ ਦਾ ਯੂਨ ਚਾਰਟਰ ਐਟ ਅ ਸੈਰੇਮੋਨੀ ਇਹ ਉਹ ਉਸ ਟਾਈਮ ਦੀ ਫੋਟੋ ਹੈ ਇਹ ਯੂਐਸ ਦੇ ਅੰਬੈਸਡਰ ਨੇ ਯੂਨ ਨੂੰ ਜਿਹੜੇ ਅੰਬੈਸਡਰ ਨੇ ਇੰਡੀਆ ਦੇ ਯੂਨ ਟੂ ਅੰਬੈਸਡਰ ਕੋਰਨ ਨੇ ਉਹਨਾਂ ਦਾ ਨਾਮ ਹੈ ਟੀਐਸ ਤਿਰੂਮੂਰਤੀ ਟੀਐਸ ਤਿਰੂਮੂਰਤੀ ਇਹ ਗੱਲਾਂ ਸੀ ਧਿਆਨ ਚ ਰੱਖਣੀ ਹੈ ਠੀਕ ਹੈ ਚਲੋ ਤਾਂ ਜੀ ਪ੍ਰੀਪਰੇਟਰੀ ইয়ার্স ਦੇ ਯੂএন ਚਾਰਟਰ ਵਾਸ ਸਾਈਨਡ 26 ਜੂਨ ਆਪਾਂ ਕਿੱਦਾਂ ਗੱਲ ਕੀਤੀ ਬਾਈ ਰਿਪਰੈਜ਼ੈਂਟੇਟਿਵਜ਼ ਆਫ ਦਾ 50 ਕੰਟਰੀਜ਼ ਬਾਈ ਰਿਪਰੈਜ਼ੈਂਟੇਟਿਵਜ਼ ਆਫ ਦਾ 50 ਕੰਟਰੀਜ਼ ਅਟੈਂਡਿੰਗ ਦਾ ਯੂਨਾਈਟਿਡ ਨੇਸ਼ਨਜ਼ ਕਾਨਫਰੰਸ ਔਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇਨ ਸੈਨ ਫਰਾਂਸਿਸਕੋ ਇਹ ਆਪਾਂ ਗਲਤ ਕਰ ਚੁੱਕੇ ਹਾਂ ਸਾਈਨਡ ਇਟ ਲੇਟਰ ਐਂਡ ਬੀਕੇਮ ਪੜ੍ਹ ਲਓ ਵਨ ਆਫ ਦਾ ਯੂਨਸ オリジナル51 ਮੈਂਬਰ ਸਟੇਟਸ द concept ऑफ इंटरनेशनल पीस एंड सिक्योरिटी इन द UN Charter चार्टर to टू डेवलप द आइडियाज कुछ नहीं करना है। काम तक कुछ नहीं है बस वही गल ध्यान रखनी है कि अक्टूबर का चौबी अक्टूबर 1945 ठीक है बस और कुछ नहीं है इधर फिर सेंट फ्रांसिस्को कॉन्फ्रेंस की गल करते हैं थोड़ी जी 26 अप्रैल तो लेके 25 अप्रैल तो लेके 26 जून तक जी दो महीने तक चली ਤਾਂ ਜੀ ਡੈਲੀਗੇਟਸ ਆਫ 50 ਨੇਸ਼ਨ ਮੀਟਿੰਗ ਇਨ ਸੈਨ ਫਰਾਂਸਿਸਕੋ ਬੀਟਵੀਨ 25 ਅਪ੍ਰੈਲ ਤੋਂ 26 ਜੂਨ ਐਟ ਦ ਯੂਨ ਕਾਨਫਰੰਸ ਔਨ ਇੰਟਰਨੈਸ਼ਨਲ ਔਰਗੇਨਾਈਜੇਸ਼ਨ ਵਰਕਿੰਗ ਔਨ ਦ ਡੰਬਾਰਟਨ ਓਕਸ ਪ੍ਰੋਪੋਜ਼ਲ ਪ੍ਰੋਪੋਜ਼ਲ ਦਾ ਨਾ ਕਿ ਇਹ ਡੰਬਾਰਟਨ ਓਕਸ ਪ੍ਰੋਪੋਜ਼ਲ ਦ ਯਾਲਟਾ ਐਗਰੀਮੈਂਟ ਐਂਡ ਅਮੈਂਡਮੈਂਟ ਪ੍ਰੋਪੋਜ਼ਡ ਬਾਈ ਵੇਰੀਅਸ ਗਵਰਨਮੈਂਟ ਦ ਕਾਨਫਰੰਸ ਅਗਰੀਡ ਅਪਨ ਦ ਚਾਰਟਰ ਆਫ ਯੂਨ ਤਾਂ ਇਹ ਚੀਜ਼ਾਂ ਧਿਆਨ ਰੱਖਣੀਆਂ ਦ ਡੰਬਾਰਟਨ ਓਕਸ ਪ੍ਰੋਪੋਜ਼ਲ ਦ ਯਾਲਟਾ ਐਗਰੀਮੈਂਟ ਕਿੰਨੀ ਕੰਟਰੀ ਦਾਈ ਸੀ 50 ਕ ਉਹ ਅਸਲ ਵਿੱਚ ਜਿਹੜਾ UN ਹੈ ਉਹ ਹੋਂਦ ਵਿੱਚ ਆਇਆ ਹਾਂਜੀ ਹਾਂਜੀ ਆਬਵੀਅਸਲੀ ਗੱਲ ਹੈ ਜਰੂਰ ਪੇਪਰ ਥੋੜੀ ਹੈ ਪੇਪਰ ਲਈ ਥੋੜੀ ਹੈ ਤਾਂ ਵੈਸੇ ਹੀ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਯਾਰ ਇੰਨੀ ਤਾਂ ਵੀ UN ਬਣਿਆ ਕਿਉਂ ਲੋੜ ਕੀ ਪੈਗੀ ਸੀ ਬੱਚੇ ਕਿੱਥੇ ਸਮਝਦੇ ਗੱਲਾਂ ਇਹ ਅੱਗੇ ਇਹਦੀ 6 ਅਫੀਸ਼ੀਅਲ ਲੈਂਗੁਏਜਿਸ ਨੇ ਅਫੀਸ਼ੀਅਲ ਲੈਂਗੁਏਜ ਕਿਹੜੀ-ਕਿਹੜੀ ਨੇ ਅਰੈਬਿਕ ਨੇ ਚਾਈਨੀਜ਼ ਹੈ ਇੰਗਲਿਸ਼ ਹੈ ਸਪੈਨਿਸ਼ ਹੈ ਰਸ਼ੀਅਨ ਤੇ ਫ੍ਰੈਂਚ ਹੈ ਹਿੰਦੀ ਨਹੀਂ ਹੈ ਠੀਕ ਹੈ ਇਸ ਛੇ ਲੈਂਗੁਏਜਿਸ ਸਭ ਤੋਂ ਜ਼ਿਆਦਾ ਬੋਲੀਆਂ ਜਾਂਦੀਆਂ ਤਾਂ ਕਰਕੇ ਇਹਦੇ ਯੂਨ ਦੇ ਸਕੱਰੇਟਰੀ ਜਨਰਲ ਇਸ ਟਾਈਮ ਕੌਣ ਨੇ ਐਂਟੋਨੀਓ ਗੁਟੇਰੇਸ ਨੇ ਇਹ ਪੁਰਤਗਾਲ ਤੋਂ ਨੇ ਤੇ ਇਹਦਾ ਹੈੱਡਕੁਆਰਟਰ ਕਿੱਥੇ ਨਿਊਯਾਰਕ ਸਿਟੀ ਯੂ ਐਸ ਏ ਵਿੱਚ ਹੈ ਇੱਕ ਹੁੰਦਾ ਯੂ ਐਨ ਜਨਰਲ ਅਸੈਂਬਲੀ ਇਹਦੇ ਪ੍ਰਧਾਨ ਜੀ ਦਾ ਨਾਮ ਹੈ ਅਬਦੁੱਲਾ ਸ਼ਾਹਿਦ ਅਬਦੁੱਲਾ ਸ਼ਾਹਿਦ ਇੱਕ ਕਰੰਟ ਦਾ ਸਵਾਲ ਹੈ ਤਾਂ ਤੁਹਾਨੂੰ ਦੱਸਦਾ ਇਹ 몰ਦੀਵਸ ਦੇ ਨੇ ਇਹ 몰ਦੀਵ ਦੇ ਪਹਿਲਾਂ ਕੀ ਸੀਗੇ ਇਹ 몰ਦੀਵ ਤੇ ਸੀਗੇ ਪਹਿਲਾਂ ਫੋਰਨ ਮਿਨਿਸਟਰ ਐਕਸ ਫੋਰਨ ਮਿਨਿਸਟਰ ਸੀਗੇ 몰ਦੀਵਸ ਦੇ ਇਹ ਗੱਲ ਧਿਆਨ ਰੱਖਣੀ ਹੈ ਯੂਨ ਜਨਰਲ ਅਸੈਂਬਲੀ ਦੇ ਤੁਹਾਨੂੰ ਪਤਾ ਹੋਵੇ ਯੂਨ ਬਾਰੇ ਯੂਨ ਦੇ 8 8 6 ਆਰਗਨਸ ਵੀ ਨੇ 6 ਆਰਗਨਸ ਨੇ ਨਾ ਕੀ ਨੇ ਯੂਨ ਜਨਰਲ ਅਸੈਂਬਲੀ ਜਿਹੜੀ ਆਪਾਂ ਗੱਲ ਕੀਤੀ ਯੂਨ ਸੈਕਰੀਟਰੀ ਕਾਉਂਸਲ ਯੂਨ ਇਕੋਸੌਕ ਇਹਨੂੰ ਕਹਿੰਦੇ ਆਪਾਂ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਯੂਐਨ ਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਯੂਐਨ ਦਾ ਸੈਕਟਰੀਏਟ ਤੇ ਯੂਐਨ ਦਾ ਟਰਸਟੀਸ਼ਿਪ ਕਾਉਂਸਲ ਤਾਂ ਜੀ ਇਹਦੇ 6 ਆਰਗਨਸ ਨੇ ਇਹਨਾਂ ਦੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਕੁਝ ਵੀ ਕਰੋ ਯਾਦ ਹੋਣੇ ਚਾਹੀਦੇ ਨੇ ਇਹਦੇ ਤੁਹਾਨੂੰ ਨਾਮ ਠੀਕ ਹੈ ਜੀ ਚਲੋ ਤਾਂ ਜੀ ਦੋ ਚੀਜ਼ਾਂ ਨਿਬੜ ਗਈਆਂ ਹੁਣ ਰਹਿ ਗਿਆ ਜੀ ਕਾਮਨਵੈਲਥ ਜਿਆਦਾ ਕੁਝ ਹੈ ਨਹੀਂ ਕਾਮਨ ਵੈਲਥ ਵਿੱਚ ਬੇਸਿਕ ਜੀ ਗੱਲ ਹੈ ਸਾਨੂੰ ਪਤਾ ਹੀ ਹੁੰਦਾ ਕਿੰਨੇ ਸਰ ਕਾਮਨ ਵੈਲਥ ਗੇਮਸ ਵੀ ਤਾਂ ਹੁੰਦੀਆਂ ਨੇ ਹਾਂਜੀ ਹੁੰਦੀਆਂ ਨੇ ਕਾਮਨ ਵੈਲਥ ਗੇਮ ਕਿੱਥੇ ਹੋ ਰਹੀ ਐ ਇਸ ਵਾਰੀ ਕਾਮਨ ਵੈਲਥ ਗੇਮ ਦੱਸੋ ਮਾੜਾ ਯਾਰ ਮੈਨੂੰ ਮੈਂ ਪਾਣੀ ਪੀ ਲਵਾਂ ਇੰਨਾ ਕਾਮਨ ਵੈਲਥ ਗੇਮ ਕਿੱਥੇ ਹੋ ਰਹੀ ਐ ਇਸ ਵਾਰੀ ਕਿਸਨੇ ਦੱਸਿਆ ਕਾਮਨਵੈਲਥ ਗੇਮਸ ਹੋ ਰਹੀਆਂ ਜੀ ਬਰਮਿੰਗਮ ਵਿੱਚ ਹੋ ਰਹੀਆਂ ਯਾਰ ਐ ਨਾ ਕਰੋ ਬਰਮਿੰਗਮ ਕਿੱਥੇ ਯੂਕੇ ਵਿੱਚ ਬਰਮਿੰਗਮ ਬਰਿੰਗਮਿੰਗਮ ਕਿੱਥੇ ਯੂਕੇ ਵਿੱਚ ਹੈ ਤੇ ਇਹਦੇ ਵਿੱਚ ਇੱਕ ਕ੍ਰਿਕਟ ਹੈ ਔਮਨ ਕ੍ਰਿਕਟ ਇਹ ਡੈਬਿਊ ਕਰਨ ਜਾ ਰਿਹਾ ਪਹਿਲੀ ਵਾਰੀ ਇੱਥੇ ਖੇਡ ਖੇਡਿਆ ਜਾਊਗਾ ਕਿਹੜਾ ਖੇਡ ਖੇਡਿਆ ਜਾਊਗਾ ਔਮਨ ਦਾ ਕ੍ਰਿਕਟ ਦਾ ਖੇਡ ਖੇਡਿਆ ਜਾਊਗਾ ਠੀਕ ਹੈ ਜੀ ਚਲੋ ਅੱਗੇ ਚੱਲਦੇ ਹੁਣ ਕਾਮਨਵੈਲਥ ਦੀ ਗੱਲ ਕਰਨੀ ਹੈ ਅਗਲੇ ਸਾਲ ਬਰਮਿੰਗਮ ਯੂਕੇ ਵਿੱਚ ਹੋ ਰਹੀ ਹੈ ਇਟ ਇਜ਼ ਅ ਵੋਲੰਟਰੀ ਐਸੋਸੀਏਸ਼ਨ ਆਫ 54 ਇੰਡੀਪੈਂਡੈਂਟ ਐਂਡ ਇਕੁਅਲ ਕੰਟਰੀਜ਼ 54 ਕੰਟਰੀਜ਼ ਨੇ ਇਹਨਾਂ ਦਾ ਕਹਿਣ ਦਾ ਮਤਲਬ ਕਿ ਇੰਡੀਪੈਂਡੈਂਟ ਤੇ ਇਕੁਅਲ ਕਿਉਂ ਕਿ ਹੈ ਨਾ ਨੇ ਭਾਵੇਂ ਵੱਡੀ ਕੰਟਰੀ ਹੋਵੇ ਭਾਵੇਂ ਛੋਟੀ ਕੰਟਰੀ ਹੋਵੇ ਉਹ ਕਾਮਨਵੈਲਥ ਵਿੱਚ ਆਊਗੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਇਹ ਸੀ ਵੀ ਜਿਹੜੀ ਜਿਹੜੀ ਕੰਟਰੀਜ਼ ਕਾਮਨਵੈਲਥ ਦੇ ਹਿੱਸਾ ਨਹੀਂ ਸੀਗੇ ਮਤਲਬ ਜਿਹੜੇ ਜਿਨ੍ਹਾਂ ਤੇ ਬ੍ਰਿਟੇਨ ਨੇ ਰਾਜ ਕੀਤਾ ਹੋਇਆ ਸੀ ਉਹੀ ਕੰਟਰੀ ਸੀਗੇ ਬਟ ਇਸ ਟਾਈਮ ਦੀ ਗੱਲ ਅੱਜ ਦੀ ਗੱਲ ਕਰੀ ਐਸ ਆਫ 23 ਦਸੰਬਰ 2021 ਕੋਈ ਵੀ ਕੰਟਰੀ ਇਹਦੀ ਕਾਮਨਵੈਲਥ ਦਾ ਹਿੱਸਾ ਬਣ ਸਕਦੀ ਹੈ ਠੀਕ ਹੈ ਤਾਂ ਜੀ ਇਟ ਇਜ਼ ਹੋਮ ਟੂ 2 ਬਿਲੀਅਨ ਪੀਪਲ ਐਂਡ ਇਨਕਲੂਡਸ ਬੋਥ ਐਡਵਾਂਸਡ ਇਕਨੋਮੀਜ਼ ਐਂਡ ਡਿਵੈਲਪਿੰਗ ਕੰਟਰੀਜ਼ 32 ਆਫ ਆਰ ਮੈਂਬਰਸ ਆਰ ਸਮਾਲ ਸਟੇਟਸ ਇਨਕਲੂਡਿੰਗ ਮੈਨੀ ਆਈਲੈਂਡ ਨੇਸ਼ਨਸ ਤਾਂ 54 ਜੋ 32 ਨੇ ਬਹੁਤ ਛੋਟੇ ਛੋਟੇ ਦੇਸ਼ ਨੇ ਇਹਨਾਂ ਵਿੱਚੋਂ ਸਿਰਫ 22 ਦੇਸ਼ ਨੇ ਜਿਹੜੇ ਵੱਡੇ ਵੱਡੇ ਨੇ ਇੰਡੀਆ ਆਸਟ੍ਰੇਲੀਆ ਕੈਨੇਡਾ ਵਗੈਰਾ ਕਰਕੇ ਇੰਡੀਆ ਨਿਊਜ਼ੀਲੈਂਡ ਵਗੈਰਾ ਇਹ ਵੱਡੇ ਵੱਡੇ ਨੇ ਆਰ ਮੈਂਬਰ ਗਵਰਨਮੈਂਟ ਹੈਵ ਅਗਰੀਡ ਟੂ ਸ਼ੇਅਰ ਗੋਲਸ ਲਾਈਕ ਡਿਵੈਲਪਮੈਂਟ ਡੈਮੋਕ੍ਰੇਸੀ ਐਂਡ ਪੀਸ ਆਰ ਵੈਲਿਊਜ਼ ਐਂਡ ਪ੍ਰਿੰਸੀਪਲ ਆਰ ਐਕਸਪਰੈਸਡ ਇਨ ਦਾ ਕਾਮਨਵੈਲਥ ਚਾਰਟਰ ਇਹਨਾਂ ਦਾ ਵੀ ਇੱਕ ਇਹੋ ਜਿਹਾ ਦਸਤਾਵੇਜ਼ ਆ ਇਹਨਾਂ ਦਾ ਕੰਮ ਉਹ ਕੁਛ ਨਹੀਂ ਸਿਕਿਉਰਿਟੀ ਵਗੈਰਾ ਕੁਛ ਨਹੀਂ ਇਹਨਾਂ ਦਾ ਬੇਸਿਕ ਜਿਹਾ ਕੰਮ ਹੈ ਡਿਵੈਲਪਮੈਂਟ ਕਰਨੀ ਹੈ ਡੈਮੋਕ੍ਰੇਸੀ ਕਰਨੀ ਹੈ ਤੇ ਸ਼ਾਂਤੀ ਰੱਖਣੀ ਹੈ ਇਹ ਕੰਮ ਹੈ ਕਿਹਦਾ ਕਾਮਨਵੈਲਥ ਦਾ ਜਿਹੜੇ ਇਹਨਾਂ ਦਾ ਬੇਸਿਕ ਉਹ ਹੈ ਗੋਲ ਕਹਿੰਦੇ ਨੇ ਆਪਾਂ ਇਹੀ ਪੰਜਾਬੀ ਇੱਥੇ ਲਿਖਿਆ ਰਾਸ਼ਟਰ ਮੰਡਲ 54 54 54 ਜੋ ਵੀ ਕਹਿੰਦੇ ਹੋਣੇ ਤੁਸੀਂ ਯਾਰ 54 54 ਹੈ ਨਾ ਫਿਰ ਰਾਸ਼ਟਰ ਮੰਡਲ 54 ਸੁਤੰਤਰ ਅਤੇ ਬਰਾਬਰ ਦੇਸ਼ਾਂ ਦੀ ਇੱਕ ਸਵੈ ਇੱਛੁਕ ਸੰਸਥਾ ਹੈ ਇਹ ਟਾਈ ਬਿਲੀਅਨ ਲੋਕਾਂ ਦਾ ਕਰ ਹੈ ਅਤੇ ਇਸ ਵਿੱਚ ਉन्नत ਅਰਥ ਵਿਵਸਥਾਵਾਂ ਅਤੇ ਵਿਕਾਸਸ਼ੀਲ ਦੇਸ਼ ਸ਼ਾਮਲ ਹਨ 32 ਮੈਂਬਰ ਛੋਟੇ ਹਨ ਇਹ ਤੁਸੀਂ ਪੜ੍ਹਨੋਗੇ ਅੱਗੇ Commonwealth the roots go back to the British Empire but today any country can join the modern Commonwealth ਜਿੱਦਾਂ ਮੈਂ ਗੱਲ ਕੀਤੀ ਇਹ ਸਟਾਰਟ ਹੋਇਆ ਸੀ ਵੀ ਜਿਹੜੇ ਜਿਹੜੇ ਬ੍ਰਿਟੇਨ ਦੇ ਇੱਕ ਵਾਰ ਹਿੱਸਾ ਸੀਗੇ ਬਟ ਹੁਣ ਕੋਈ ਵੀ ਕਰ ਸਕਦਾ ਦ ਲਾਸਟ ਕੰਟਰੀ ਟੂ ਜੁਆਇਨ ਕਾਮਨਵੈਲਥ ਵਾਸ ਰਵਾਂਡਾ ਇਨ 2009 ਰਵਾਂਡਾ ਤੇ ਇੱਕ ਹੋਰ ਨਾਲ ਕੰਟਰੀ ਆ ਉਹਦਾ ਨਾਮ ਹੈ ਮੂਜ਼ੰਬੀਕ ਲਾਸਟ ਕੰਟਰੀ ਸੀਗੀ ਰਵਾਂਡਾ ਤੇ ਮੂਜ਼ੰਬੀਕ ਇਹਨੂੰ ਜੁਆਇਨ ਕਰਨ ਵਾਲੀਆਂ ਅਗੇ ਚੱਲਦੇ ਆ ਆਰਗੇਨਾਈਜੇਸ਼ਨ ਇਹ ਇਟ ਇਜ਼ ਆਫਨ ਡਿਸਕ੍ਰਾਈਬਡ ਐਜ਼ ਆ ਫੈਮਿਲੀ ਆਫ ਨੇਸ਼ਨ ਇੱਕ ਘਰਬਾਰ ਵਾਲਾ ਕੰਮ ਹੈ ਐਦਾਂ ਨਹੀਂ ਐਸਜੀਓ ਵਾਲਾ ਵੀ ਟੈਰਰਿਜ਼ਮ 'ਤੇ ਜਾਣਾ ਜੀ20 ਵਾਲਾ ਜੀ ਪੈਸੇ ਵਾਲੀ ਗੱਲਾਂ ਹੋ ਰਹੀਆਂ ਨਾ ਡੈਮੋਕ੍ਰੇਸੀ ਡਿਵੈਲਪਮੈਂਟ ਤੇ ਪੀਸ ਇਹ ਇਹਨਾਂ ਦਾ ਗੋਲ ਹੈ ਤੇ ਇਹਦੇ ਤਿੰਨ ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਨੇ ਇਹਨਾਂ ਦਾ ਸੈਕ੍ਰੇਟਰੀਏਟ ਇਦੀ ਫਾਊਂਡੇਸ਼ਨ ਹੈ ਤੇ ਕਾਮਨਵੇਲਥ ਤੋਂ ਲਰਨਿੰਗ ਹੈ ਸੈਕਟਰੀਏਟ ਦਾ ਕੰਮ ਹੈ ਸਪੋਰਟਸ ਮੈਂਬਰ ਕੰਟਰੀ ਟੂ ਅਚੀਵ ਦਾ ਕਾਮਨਵੈਲਸ ਏਮ ਕੁਝ ਗੋਲ ਸੈੱਟ ਕਰਦੇ ਹੁੰਦੇ ਮੀਟਿੰਗ ਚ ਹੁੰਦੇ ਉਹ ਤਾਂ ਦਿਸ ਵੈਬਸਾਈਟ ਇਜ਼ ਰਨ ਬਾਈ ਦਾ ਕਾਮਨਵੈਲਸ ਸੈਕਟਰੀਏਟ ਇਸ ਵੈਬਸਾਈਟ ਕੀ ਇਹ ਮੈਂ ਕਾਮਨਵੈਲਸ ਦੀ ਅਫੀਸ਼ੀਅਲ ਵੈਬਸਾਈਟ ਤੋਂ ਚੱਕੀ ਹੈ ਤੇ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਕੌਣ ਚਲਾਉਂਦਾ ਹੈ ਕਾਮਨਵੈਲਸ ਸੈਕਟਰੀਏਟ ਚਲਾਉਂਦਾ ਹੈ ਕਾਮਨਵੈਲਸ ਫਾਊਂਡੇਸ਼ਨ ਸਪੋਰਟਸ ਪੀਪਲਸ ਪਾਰਟਿਸਪੀਸ਼ਨ ਇਨ ਡੈਮੋਕ੍ਰੇਸੀ ਐਂਡ ਡਿਵੈਲਪਮੈਂਟ ਤੇ ਲਰਨਿੰਗ ਪ੍ਰਮੋਟਸ ਓਪਨ ਲਰਨਿੰਗ ਬੈਂਕਰ ਅੱਡਾ ਦੇ ਕੈਪਸੂਲ 'ਚ ਪੜਿਆ ਸੀ ਇਹ 2017 'ਚ ਕੀ ਪੜਿਆ ਸੀ ਖੁਸ਼ਪ੍ਰੀਤ ਪਤਾ ਨਹੀਂ ਕੀ ਗੱਲਾਂ ਕਰਨ ਜੰਗੇ ਚਲੋ ਅੱਗੇ ਕਾਮਨਵੈਲਥ ਇਜ਼ ਵਨ ਆਫ ਦਾ ਵਰਲਡਸ 올ਡੇਸਟ ਪੋਲੀਟੀਕਲ ਅਸੋਸੀਏਸ਼ਨ ਆਫ ਸਟੇਟਸ ਇਟਸ ਰੂਟਸ ਗੋਜ਼ ਬੈਕ ਟੂ ਬ੍ਰਿਟਿਸ਼ ਐਮਪਾਇਰ ਵੈਰ ਕੰਟਰੀਸ ਅਰਾਊਂਡ ਦਾ ਵਰਲਡ ਵਾਰ ਰੂਲਡ ਬਾਈ ਬ੍ਰਿਟੇਨ ਜਿੱਦਾਂ ਆਪਾਂ ਗੱਲ ਕੀਤੀ ਈਸਟ ਇੰਡੀਆ ਕੰਪਨੀ ਇੰਡੀਆ ਆਈ ਸੀ ਤਾਂ ਇੰਡੀਆ ਵੀ ਮੈਂਬਰ ਸੀ ਓਵਰਟਾਈਮ ਇਹ ਬਸ ਸੁਣੋ ਸਮਝੋ ਓਵਰਟਾਈਮ ਡਿਫਰੈਂਟ ਕੰਟਰੀਜ਼ ਆਫ ਦਾ ਬ੍ਰਿਟਿਸ਼ ਐਮਪਾਇਰ ਗੇਨਡ ਡਿਫਰੈਂਟ ਲੈਵਲਸ ਆਫ ਫਰੀडम fromParams ਬ੍ਰਿਟੇਨ ਅੜੜ ਕਰਕੇ ਫਰੀडम ਲੈਣ ਲੱਗੇ ਕੋਈ ਡੋਮੀਨੀਅਨ ਸਟੇਟਸ ਦਿੰਦੇ ਜਿੱਦ ਇੰਡੀਆ ਨੂੰ ਵੀ ਡੋਮੀਨੀਅਨ ਸਟੇਟਸ ਦਿੰਦੇ ਤੇ ਆਪਾਂ ਮਨਾਂ ਕਰਤਾ ਸੈਮੀ ਇੰਡੀਪੈਂਡੈਂਟ ਕੰਟਰੀਜ਼ ਵਰ ਕਾਲਡ ਡੋਮੀਨੀਅਨ ਜਿੱਦਾਂ ਕਿ ਇੰਡੀਆ ਨੂੰ ਕਹਿੰਦੇ ਸੀ ਲੀਡਰਸ ਆਫ ਡੋਮੀਨੀਅਨ ਇੰਟੈਂਡੈਂਟ ਕਾਨਫਰੰਸਸ ਵਿਦ ਬ੍ਰਿਟੇਨ fromParams 1887 1926 ਦੀ ਇੰਪੀਰੀਅਲ ਕਾਨਫਰੰਸ ਵਾਸ ਅਟੈਂਡਡ ਬਾਏ ਲੀਡਰਸ ਆਫ ਆਸਟ੍ਰੇਲੀਆ ਕੈਨੇਡਾ ਇੰਡੀਆ ਦ ਆਇਰਿਸ਼ ਫਰੀ ਸਟੇਟ ਕੁਝ ਨਹੀਂ ਪੜਨਾ ਐਟ ਦ 1926 ਕਾਨਫਰੰਸ ਬ੍ਰਿਟਨ ਐਂਡ ਡੋਮੀਨIONS ਐਗਰੀਡ ਦੈਟ ਦੇ ਵਰ ਆਲ ਇਕੁਅਲ ਮੈਂਬਰਸ ਆਫ ਅ ਕਮਿਊਨਿਟੀ ਬ੍ਰਿਟਨ ਇਨ ਦ ਬ੍ਰਿਟਿਸ਼ ਐਮਪਾਇਰ ਕੁਝ ਕੰਟਰੀ ਸੀ ਉਹਨਾਂ ਨੇ ਮੰਨ ਲਿਆ ਜਿੱਦਾਂ ਕਿ ਕੈਨੇਡਾ ਆਸਟ੍ਰੇਲੀਆ ਸੀ ਉਹਨਾਂ ਨੇ ਮੰਨ ਲਿਆ ਵੀ ਹਾਂਜੀ ਅਸੀਂ ਤੁਹਾਡੇ ਹੀ ਮੈਂਬਰ ਆ ਤਾਹੀਂ ਹੁਣ ਤੱਕ ਵੀ ਉਹਨਾਂ ਦੇ ਜਿਹੜੇ ਨੋਟ ਤੇ ਨਾ ਰਾਣੀ ਦੀ ਫੋਟੋ ਹੈ ਕਦੇ ਇੱਕ ਥੋੜਾ ਕੋਈ ਨੋਨ ਹੋਵੇ ਜਾਂ ਫਿਰ ਗੂਗਲ ਕਰਕੇ ਜ਼ਰੂਰ ਦੇਖਿਓ ਉਹਨਾਂ ਦੀ ਰਾਣੀ ਦੀ ਫੋਟੋ ਹੈ ਗੋਰਿਆਂ ਦੀ ਦੇ ਆਲ ਆਡ ਅਲੀਜੈਂਸ ਟੂ ਦਾ ਬ੍ਰਿਟਿਸ਼ ਕਿੰਗ ਉਹਨੂੰ ਹੀ ਉਹ ਮੰਨਦੇ ਨੇ ਬਟ ਦਾ ਯੂਕੇ ਡਿਡ ਨਾਟ ਰੂਲ ਓਵਰ ਥੈਮ ਜਿੱਦਾਂ ਕਿ ਹੁਣ ਯੂਕੇ ਸੌਰੀ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿੱਚ ਕੀ ਹੈ ਹਜੇ ਵੀ ਉਹਨਾਂ ਦੇ ਨੋਟ ਤੇ ਰਾਣੀ ਦੀ ਫੋਟੋ ਹੈ ਉਹਨਾਂ ਦੇ ਜਿਹੜੇ ਹੈੱਡ ਨੇ ਰਾਣੀ ਨੂੰ ਕਿਹਾ ਜਾਂਦਾ ਬਟ ਰੂਲ ਉਹਨਾਂ ਦਾ ਨਹੀਂ ਹੈ ਰੂਲ ਉਹ ਆਪਣੇ ਹੀ ਕਰਦੇ ਨੇ ਬਟ ਹਜੇ ਵੀ ਇੱਕ ਤਰ੍ਹਾਂ ਨਾਲ ਟਾਈਟਲ ਹੈੱਡ ਹੋ ਗਿਆ ਔਰ ਉਹਨਾਂ ਦੀ ਰਾਣੀ ਹੀ ਹੈ ਤਾਂ ਥਿਸ ਕਮਿਊਨਿਟੀ ਵਾਸ ਕਾਲਡ ਬ੍ਰਿਟਿਸ਼ ਕਾਮਨਵੈਲਥ ਆਫ ਨੇਸ਼ਨਸ ਔਰ ਜਸਟ ਦਾ ਕਾਮਨਵੈਲਥ 1926 ਵਿੱਚ ਇਹ ਗੱਲ ਹੋਈ ਸੀ ਹੈਡ ਯੂਕੇ ਕੋਈ ਨਹੀਂ ਹੈ ਕੁਇਨ ਐਲੀਜ਼ਾਬੈਥ 2 ਇਹ ਉਹੀ ਗੱਲਾਂ ਨੇ ਵੈਨਿਊ ਦੱਸਦੇ ਆ ਜੀ ਖੁਸ਼ਪ੍ਰੀਤ ਰਵਾਂਡਾ ਹੈ ਵੈਸੇ ਰਵਾਂਡਾ ਆਰ ਡਬਲਯੂ ਐਨ ਡੀ ਏ ਸੰਜੀ ਬਰ ਤੋਂ ਮਾਡਰਨ ਕਾਮਨਵੇਲਥ ਜਿੱਦਾਂ ਕਿ ਹੁਣ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਉੱਤੇ ਤਾਂ ਹਜੇ ਵੀ ਉਹਨਾਂ ਦਾ ਟਾਈਟਲ ਹੈਡ ਰਾਣੀ ਹੈ ਬਟ ਇੰਡੀਆ ਕਿੱਦਾਂ ਹੈ ਫਿਰ ਕੇ ਦੇਖੋ ਡੋਮੀਨੀయన్స్ ਐਂਡ ਅਦਰ ਟੈਰੀਟਰੀਜ਼ ਆਫ ਦਾ ਬ੍ਰਿਟਿਸ਼ ਐਮਪਾਇਰ ਗ੍ਰੈਜੂਲੀ ਬੀਕਮ ਫੁੱਲੀ ਇੰਡੀਪੈਂਡੈਂਟ ਆਫ ਦਾ ਯੂਨਾਈਟਿਡ ਕਿੰਗਡਮ ਹੁਣ ਜਿੱਦਾਂ ਆਪਾਂ ਆਪਾਂ ਹੋ ਗਏ ਸਾਡੇ ਬਾਰੇ ਗੱਲ ਹੈ ਇੰਡੀਆ ਬੀਕਮ ਇੰਡੀਪੈਂਡੈਂਟ ਇਨ 1947 ਤੇ ਇੰਡੀਆ ਚਾਹੁੰਦਾ ਸੀ ਅਸੀਂ ਬਣਾਵਾਂਗੇ ਰਿਪਬਲਿਕ ਅਸੀਂ ਕਦੋਂ ਬਣੇ ਰਿਪਬਲਿਕ 26 ਜਨਵਰੀ 1950 which did o allegiance to the british king or queen but it also wanted to stay a member of the commonwealth ta ji sade jede pradhanmantri si nehru ji onu lagya ve ek ghurupata vadhia democracy di gall hori development di gall hori peace di gall hori mainu nahi pata kithan lagya dimag kharab si paaji da ja ki si chalo aidan na kahiye but kyon kyuki hun tak asi onna to azaad hon di gall keh rahe si but onna naal hi asi group te vi aana si ehoji gallan chalo marzi ਤਾਜੀ ਇਹ ਹੋਇਆ ਸੀ ਇਹ ਇਹਨਾਂ ਨੇ ਸਾਈਡ ਤੇ ਪ੍ਰੋਪਰ ਪਾਇਆ ਹੋਇਆ ਇਹ ਇਹਨਾਂ ਦੀ ਸਾਈਡ ਦੀ ਵਰਡਿੰਗ ਹੈ ਇਹਨਾਂ ਨੇ ਇੰਡੀਆ ਦਾ ਹੀ ਇੱਥੇ ਐਗਜ਼ਾਮਪਲ ਦਿੱਤਾ ਹੈ ਤਾਂ ਜੀ ਇੰਡੀਆ ਚਾਹੁੰਦਾ ਸੀ ਪਾਰਟ ਹੋਣਾ ਹੈ ਬਟ ਅਸੀਂ ਤੁਹਾਡੇ ਅੰਡਰ ਨਹੀਂ ਹੋਵਾਂਗੇ ਤਾਂ ਜੀ ਇਹ ਹੋ ਗਿਆ ਮੈਂਬਰ ਆਫ ਦਾ ਕਾਮਨਵੈਲਥ ਤਾਂ ਕਰਕੇ ਐਟ ਆ ਕਾਮਨਵੈਲਥ ਪ੍ਰਾਈਮ ਮਿਨਿਸਟਰ ਮੀਟਿੰਗ ਇਨ ਲੰਡਨ 1949 ਵਿੱਚ the london declaration said that republics and other countries could be part of commonwealth 1926 ਵਿੱਚ ਕੀ ਕਿਹਾ ਸੀ ਜਿੰਨੇ ਵੀ ਡੋਮੀਨੀਅਨਸ ਨੇ ਉਹ ਸਾਰੇ ਬ੍ਰਿਟਿਸ਼ ਦੇ ਅੰਦਰ ਨੇ ਅੰਡਰ ਨੇ ਤੇ ਉਹਨਾਂ ਅੰਡਰ ਕੰਮ ਕਰਦੇ ਨੇ ਫਿਰ 1949 ਵਿੱਚ ਹੋ ਗਿਆ ਵੀ ਜਿੰਨੇ ਵੀ ਰਿਪਬਲਿਕ ਤੇ ਬਾਕੀ ਕੰਟਰੀਜ਼ ਨੇ ਉਹ ਕੰਮ ਕਰ ਸਕਦੇ ਨੇ ਉਹ ਮਤਲਬ ਆਪਣੇ ਆਪ ਕੰਮ ਕਰਨਗੇ ਹੋਣਗੇ ਉਹ ਕਾਮਨਵੈਲਥ ਵਿੱਚ the modern commonwealth of nations was born ਕਦੋਂ ਬੌਰਨ ਹੋਇਆ 1949 ਵਿੱਚ ਲੰਡਨ ਵਿੱਚ king george 6 was the first head of the commonwealth and queen elizabeth 2 became head when he died theek hai ji but the british king or queen is not automatically the head of commonwealth commonwealth member country chooses who becomes head of the government pata nahi ji bhi aida honda hona pehla ji king george 6 sige te hun queen elizabeth 2 hai kende ji hereditary nahi hai nahi ve raja ka beta raja hi banega ohi riti gross wali gall theek hai ji ਏ ਕਹਿੰਦੇ ਕੌਨ ਰੈਡ ਦੀ ਕੰਟਰੀ ਨੇ ਉਹ ਸਿਲੈਕਟ ਕਰਦਿਆਂ ਕਿਹਨੂੰ ਬਣਾਏ ਹੈਡ ਅੱਗੇ 1949 ਤੋਂ ਬਾਅਦ ਕੰਟਰੀਜ਼ ਫਰਮ ਆਫਰੀਕਾ ਅਮਰੀਕਾ ਏਸ਼ੀਆ ਯੂਰਪ ਤੇ ਪੈਸਿਫਿਕ ਹੈਵ ਜੁਆਇੰਡ ਦ ਕਾਮਨਵੈਲਥ ਮੈਂਬਰਸ਼ਿਪ ਟੂਡੇਜ਼ ਬੇਸਡ ਔਨ ਫਰੀ ਇਕੁਇਲੈਂਟ ਵੋਲੰਟਰੀ ਕੋਆਪਰੇਸ਼ਨ ਹੁਣ ਕੋਈ ਚੱਕਰ ਨਹੀਂ ਹੈ ਤੁਹਾਡੇ ਉੱਤੇ ਭਾਵੇਂ ਗੋਰਿਆਂ ਨੇ ਰਾਜ਼ ਕੀਤਾ ਹੋਵੇ ਭਾਵੇਂ ਗੋਰਿਆਂ ਨੇ ਰਾਜ਼ ਨਹੀਂ ਕੀਤਾ ਹੋਵੇ ਕੋਈ ਚੱਕਰ ਨਹੀਂ ਹੈ ਇਹੋ ਜਾਂ ਕੋਈ ਵੀ ਇਹਦਾ ਮੈਂਬਰ ਬਣ ਸਕਦਾ ਤੇ ਲਾਸਟ ਟੂ ਕੰਟਰੀ ਟੂ ਜੁਆਇੰਡ ਦ ਕਾਮਨਵੈਲਥ ਵਾਸ ਰਵਾਂਡਾ ਐਂਡ ਮੋਜ਼ੈਂਬਿਕ ਜਿੱਦਾਂ ਮੈਂ ਗੱਲ ਕੀਤੀ ਹੈਵ ਨੋ ਹਿਸਟੋਰੀਕਲ ਟਾਈਜ਼ ਟੂ ਬ੍ਰਿਟਿਸ਼ ਐਮਪਾਇਰ ਇਹਨਾਂ ਨਾਲ ਬ੍ਰਿਟਿਸ਼ ਗੋਰਿਆਂ ਦਾ ਕੋਈ ਵੀ ਟਾਈ ਨਹੀਂ ਸਾਂਜੀ ਕਾਮਨ ਸੈਕਟਰੀਏਟ ਵਾਸ ਕ੍ਰੀਏਟਡ ਇਨ 1965 ਐਜ਼ ਅ ਸੈਂਟਰਲ ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਟੂ ਮੇਨਟੇਨ ਦਾ ਕਾਮਨਵੇਲਥ ਵੀ ਕੰਮ ਕਿਦਾਂ ਕਰਨਾ ਠੀਕ ਹੈ ਜੀ ਚਲੋ ਇਹ ਕੰਟਰੀਜ਼ ਨੇ ਇਹ ਇਹਨਾਂ ਦੇ ਅਫੀਸ਼ੀਅਲ ਸਾਈਡ ਤੋਂ ਚੱਕਿਆ ਹੋਇਆ ਇਹ ਸਾਰੇ ਕਾਮਨਵੇਲਥ ਦੇ ਪਾਰਟ ਨੇ ਮੋٹے ਮੋٹے ਦੇਖ ਸਕਦੇ ਤੁਸੀਂ ਆਸਟ੍ਰੇਲੀਆ ਗਿਨੀ ਨਿਊਜ਼ੀਲੈਂਡ ਇੰਡੀਆ ਬੰਗਲਾਦੇਸ਼ ਪੂਟਾਨ ਪੂਟਾਨ ਨਹੀਂ ਹੈ ਬੰਗਲਾਦੇਸ਼, ਸ਼੍ਰੀਲੰਕਾ, ਪਾਕਿਸਤਾਨ, ਸਾਊਥ ਅਫਰੀਕਾ ਦੇ ਕਾਫੀ ਸਾਰੇ ਦੇਸ਼ ਨੇ ਯੂਕੇ ਤਾਂ ਹੈ ਹੀ ਆਪਣੇ ਆਪ। ਕੈਨੇਡਾ ਹੈ ਤੇ ਇਹ ਸਾਰੀ ਕੰਟਰੀ ਛੋਟੇ-ਛੋਟੇ ਤੁਸੀਂ ਦੇਖ ਸਕਦੇ ਹੋ ਆਈਲੈਂਡਸ ਹੋਗੇ। ਇਹ ਛੋਟੇ-ਛੋਟੇ ਆਈਲੈਂਡਸ ਹੋਗੇ, ਛੋਟੇ-ਛੋਟੇ ਆਈਲੈਂਡਸ ਹੋਗੇ। ਇਹ ਕਿੰਨੇ ਸਾਰੇ ਆਈਲੈਂਡਸ ਹੋਗੇ ਇਹ ਸਾਰੇ ਪਾਰਟ ਨੇ ਕਾਦੇ ਕਾਮਨਵੈਲਥ ਦੇ। ਇਹ ਗੱਲਾਂ ਅਸੀਂ ਧਿਆਨ ਚ ਰੱਖਾਂਗੇ। ਹਰ ਮੈਜੈਸਟੀ ਕੁਈਨ ਐਲਿਜ਼ਾਬੈਥ 2 ਇਜ਼ ਦਾ ਹੈਡ ਆਫ ਦਾ ਕਾਮਨਵੈਲਥ। ਹੁਣ ਵੀ ਭੈਣ ਜੀ ਉਹੀ ਨੇ। ਰੋਲ ਕੀ ਉਹਨਾਂ ਦਾ ਕੰਮ ਕੀ ਹੈ? ਇੰਪੋਰਟੈਂਟ ਸਿੰਬਲ। ਸਿੰਬਲ ਹੈ ਭਾਜੀ ਹੈਡ ਕੋਨ ਹੈ ਇਹ ਹੈ हैज नो ਮੈਕਸਿਮਮ ਫਿਕਸਡ टर्म ਕੋਈ ਫਿਕਸਡ टर्म ਨਹੀਂ ਹੈ ਤੇ ਹੈਰਿਡਿਟਰੀ ਨਹੀਂ ਹੈ ਜਿੱਦਾਂ ਮੈਂ ਕਹਿਆ ਰਾਜਾ ਦਾ ਬੇਟਾ ਰਾਜਾ ਰਾਜਾ ਦੀ ਬੇਟੀ ਰਾਣੀ ਰਾਣੀ ਦੀ ਬੇਟੀ ਰਾਣੀ ਨਹੀਂ ਬਣੇਗੀ ਐਦਾਂ ਹੈ ਬਸ ਕਹਿੰਦੇ ਕੰਟਰੀਜ਼ ਚੂਜ਼ ਕਰਦੀਆਂ ਨੇ ਵੀ ਕੌਣ ਬਣੂਗਾ ਉਹਨਾਂ ਦਾ ਲੀਡਰ ਲੀਡਰ ਆਫ ਦਾ ਕਾਮਨਵੈਲਥ ਕੰਟਰੀਜ਼ ਮੀਟ ਐਵਰੀ 2 ইয়ারਸ ਐਟ ਦਾ ਕਾਮਨਵੈਲਥ ਹੈਡ ਆਫ ਗਵਰਨਮੈਂਟ ਮੀਟਿੰਗ CHOGM ਕਹ ਰਹੇ ਨੇ ਕਿੰਨੇ ਸਾਲ ਬਾਅਦ ਮਿਲਦੀ ਹੈ ਕਾਮਨਵੈਲਥ ਹਰ 2 ਸਾਲ ਬਾਅਦ ਮਿਲਦੀ ਹੈ UN ਕਿੰਨੇ ਸਾਲ ਹਰ ਸਾਲ ਮਿਲਦੀ ਹੈ SCO ਹਰ ਸਾਲ ਮਿਲਦੇ ਹੈ ਏ ਅਗਲੇ ਸਾਲ ਹੋਣਾ ਹੈ 2021 ਵਿੱਚ ਹੋਣਾ ਸੀ ਵੈਸੇ ਤਾਂ ਰਵਾਂਡਾ ਵਿੱਚ ਹੋਣਾ ਸੀ ਬਟ ਹੁਣ ਅਗਲੇ ਸਾਲ ਹੋ ਗਿਆ ਓਬਵੀਅਸ ਜੀ ਗੱਲ ਹੈ ਕੋਵਿਡ-19 ਤੁਹਾਨੂੰ ਪਤਾ ਹੀ ਹੈ ਇਹਦੀ ਥੀਮ ਕੀ ਹੈ ਇਸ ਡਿਲੀਵਰਿੰਗ ਅ ਕਾਮਨ ਫਿਊਚਰ ਕਨੈਕਟਿੰਗ ਇਨੋਵੇਟਿੰਗ ਟਰਾਂਸਫਾਰਮਿੰਗ ਥੀਮ ਯਾਦ ਰੱਖਣੀ ਹੈ ਰਵਾਂਡਾ ਚ ਹੋ ਰਿਹਾ ਹੈ ਡਿਲੀਵਰਿੰਗ ਅ ਕਾਮਨ ਫਿਊਚਰ ਕਨੈਕਟਿੰਗ ਇਨੋਵੇਟਿੰਗ ਤੇ ਟਰਾਂਸਫਾਰਮਿੰਗ ਤੇ ਲੀਡਰਸ ਇਲ ਡਿਸਕਸ ਹਾਊ ਟੂ ਡਿਲੀਵਰ ਦਾ ਥਿੰਗਸ ਵਿਚ ਵਰ ਡਿਸਕਸ ਐਟ ਦਾ ਪਿਛਲੇ ਸਾਲ ਵਾਲੀ ਮੀਟਿੰਗ ਕਿੱਥੇ ਹੋਈ ਸੀ ਲੰਡਨ ਵਿੱਚ ਹੋਈ ਸੀ ਵਿਚ ਵਾਸ ਔਨ ਦਾ ਥੀਮ ਟੁਵਰਡਸ ਅ ਕਾਮਨ ਫਿਊਚਰ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ 2020 ਵਿੱਚ ਹੋਣੀ ਸੀ ਕਿ ਕੋਵਿਡ ਕਰਕੇ 2021 ਵਿੱਚ ਹੋਣੀ ਸੀ ਹੁਣ ਤੱਕ ਨਹੀਂ ਹੋਈ ਹੁਣ ਅਗਲੇ ਸਾਲ ਹੋ ਗਈ ਬਰਮਿੰਗਮ 2022 ਵਿੱਚ ਹੋਣੇ ਨੇ ਕਾਮਨਵੈਲਥ ਗੇਮ 4 ਸਾਲ ਬਾਅਦ ਹੁੰਦੇ ਨੇ ਤੇ 2026 ਵਾਲਾ ਹਜੇ ਤੱਕ ਵੈਨਿਊ ਡਿਸਾਈਡ ਨਹੀਂ ਹੋਇਆ ਉਹੀ ਗੱਲ ਚਲੋ ਜੀ ਇਹ ਹੁਣ ਗਿਆ ਨਿਬੜ ਕੁਝ ਕਿਸੇ ਨੂੰ ਪੁੱਛਣਾ ਹੋਵੇ ਅਗਲੀ ਕਲਾਸ 'ਚ ਆਪਾਂ ਕੀ ਕਰਾਂਗੇ ਆਪਾਂ ਕਰਾਂਗੇ ਕਵਾਡ ਕਰਨਾ ਇੱਕ ਤਾਂ ਹੋਰ ਕੁਝ ਦੱਸ ਦਿਓ ਕੀ ਕਰਨਾ ਜਾਂ ਇਹਨੂੰ ਵੈਸੇ ਹੀ ਬਣਾ ਦਾਂਗੇ ਕਿਸੇ ਨੂੰ ਹੋਰ ਕੁਝ ਦੱਸੋ ਕੁਝ ਕਿਸੇ ਦੀ ਫਰਮਾਇਸ਼ ਹੋਵੇ ਵੀ ਸਰ 1 ਕਵਰ ਕਰਾ ਦਿਓ ਕਿਉਂਕਿ ਪੇਪਰ ਦੇ ਨੇੜੇ ਆ ਕੇ ਉਹ ਕਵਰ ਕਰਨਾ ਔਖਾ ਹੋ ਜਾਂਦਾ ਕਿਉਂਕਿ ਪੇਪਰ ਸਾਨੂੰ ਚਾਹੀਦੀ ਹੈ ਰਿਵੀਜ਼ਨ ਸਵਾਲ ਪੁੱਛ ਲਓ ਕੀ ਪੁੱਛਣਾ ਕਿਸੇ ਬੈਚ ਬਾਰੇ ਪੁੱਛਣਾ ਕੁਝ ਵੀ ਪੁੱਛਣਾ ਹੋ ਕਿਸੇ ਵੀ ਫੀਲਡ ਬਾਰੇ ਪੁੱਛਣਾ ਹੋਵੇ ਪੁੱਛ ਸਕਦੇ ਹੋ ਹੁਣ ਹੁਣ ਅਸੀਂ ਹੋ ਗਏ ਮੇਲੇ ਪੀਐਸ ਟਟਲੀ ਕੋਵਿਡ ਫਾਰਮ ਲੈ ਕੇ ਜਾਣਾ ਗੁਰਪਿੰਦਰ ਪਹਿਲਾਂ ਤਾਂ ਵੈਸੇ ਤਾਂ ਇਹਨਾਂ ਨੇ ਕਿਸੇ ਲਈ ਵੀ ਵੈਸੇ ਲਿਖਿਆ ਇਹਨਾਂ ਨੇ ਹਰ ਥਾਂ ਸੀ ਵੈਸੇ ਵੀ ਤੁਸੀਂ ਆਪਣਾ ਵੈਕਸੀਨੇਸ਼ਨ ਨਾਲ ਫਾਰਮ ਲੈ ਕੇ ਜਾਣਾ ਬਟ ਇਹਨਾਂ ਨੇ ਚੈੱਕ ਕਿਸੇ ਵੀ ਨਹੀਂ ਕੀਤਾ ਸਬ ਇੰਸਪੈਕਟਰ ਵਾਲੇ ਪੇਪਰ ਚ ਭਰਾ ਲੈ ਕੇ ਗਿਆ ਮੇਰਾ ਫਾਰਮ ਮੈਂ ਪੁੱਛਿਆ ਫਿਰ ਮੰਗਿਆ ਕਹਿੰਦੇ ਨਾ ਬਾਹਰ ਸਿੱਟਦਾ ਸੀ ਉਹਨਾਂ ਨੇ ਸਰ ਸੌਰੀ ਮੈਂ ਇਸ ਤੋਂ ਅਲੱਗ ਕੁਐਸਚਨ ਪੁੱਛ ਰਹੀ ਆ ਬਟ ਮੈਂ ਪੀਐਸਟੈਟ ਦੇ ਐਡਮਿਟ ਕਾਰਡ ਸੀ ਕਨਫਿਊਜ਼ ਆ ਸਰ ਆਫਿਸ ਕਾਪੀ ਤੇ ਸਟੂਡੈਂਟ ਕਾਪੀ ਦੋਨੋਂ ਟੈਸਟ ਕਰਵਾਣੀ ਜਾਂ ਇੱਕ ਵੀ ਚੱਲੂ ਪਲੀਜ਼ ਰਿਪਲਾਈ ਆਫਿਸ ਕਾਪੀ ਤੇ ਸਟੂਡੈਂਟ ਕਾਪੀ ਅਟੈਸਟ ਕਰਵਾਣੀ ਆ ਉਹਦੇ ਅੰਦਰ ਜਾਂ ਚਲਾਨ ਦੀ ਗੱਲ ਕਰ ਰਹੇ ਹੋ ਤੁਸੀਂ ਅਟੈਸਟ ਕੁਛ ਨਹੀਂ ਕਰਾਣੀ ਹੁੰਦੀ ਯਾਰ ਜੇ ਕਰਾਣੀ ਆ ਟੈਸਟ ਫਿਰ ਦੋਨੇ ਕਰਾ ਲਓ ਦੇਖ ਯਾਰ ਮੈਂ ਤਾਂ ਹਮੇਸ਼ਾ ਹੀ ਗੱਲ ਕਹਿੰਦਾ ਡਾਕੂਮੈਂਟ ਦੀ ਗੱਲ ਹੋਵੇ ਜਾਂ ਫਿਰ ਕੁਛ ਵੀ ਗੱਲ ਹੋਵੇ ਖਾਣੇ ਪੀਣੇ ਦੀ ਗੱਲ ਹੋਵੇ ਪੈਸੇ ਦੀ ਗੱਲ ਹੋਵੇ ਜਿਆਦਾ ਚੱਲ ਜਾਂਦਾ ਹੈ ਪੈਸ ਬਟ ਜੇ ਲੋੜ ਤੁਹਾਨੂੰ 200 ਰੁਪਏ ਦੀ ਤੇ ਤੁਸੀਂ ਲੈ ਕੇ 80 ਰੁਪਏ ਗਏ ਤਾਂ 120 ਰੁਪਏ ਦਾ ਕੀ ਕਰੋਗੇ ਉਹੀ ਮੈਂ ਗੱਲ ਕਹਿਣਾ ਨੋਕੂਮੈਂਟ ਜੇ 4 ਮੰਗੇ ਤੇ ਤੁਸੀਂ 6 ਲੈ ਕੇ ਜਾਓ 6 ਆਜੋ ਤਾਂ ਉਹ ਦੋ ਵਾਪਸ ਹੀ ਮੋੜਨਗੇ ਜੇ ਉਹਨਾਂ ਨੇ ਮੰਗੇ 6 ਨੇ ਤੁਸੀਂ ਲੈ ਕੇ 4 ਗਏ ਫਿਰ ਦੋ ਕਿੱਥੋਂ ਲਿਆਓਗੇ ਉਹੀ ਕੰਮ ਹੈ ਇਹ ਕਾਪੀ ਦਾ ਅਟੈਸਟ ਕਰਾਣ ਦਾ ਕੁਝ ਲੱਗਦਾ ਤਾਂ ਹੈ ਨਹੀਂ ਉਹਨੇ ਸਾਈਨ ਨਹੀਂ ਕਰਨੇ ਕਰਵਾ ਲਿਓ ਯਾਰ ਕਾਪ ਕਰਵਾ ਦਿਓ ਇਹ ਕਰਵਾਉਂਗਾ ਐਨਵਾਇਰਨਮੈਂਟਲ ਮੀਟਿੰਗਸ ਕਰवानी ਹੈ ਇਹ ਕਰवानी ਹੈ ਸਾਰੇ ਕਰਾਣੀਆਂ ਡਿਜ਼ਾਸਟਰ ਲੀ ਵੀ ਜਿਹੜੀ ਪਿਛਲੇ ਤੋਂ ਪਿਛਲੇ ਸਾਲ ਨੌਇਡਾ ਵਿੱਚ ਹੋਈ ਸੀ ਉਹ ਵੀ ਡੇਜ਼ਰਟੀਫਿਕੇਸ਼ਨ ਵਾਲੀ ਉਹ ਵੀ ਕਰवानी ਹੈ ਜੀ 20 ਕੰਟਰੀਜ਼ ਮੋਨੋਬੰਸਲਾ ਸੀ ਕਰਾ ਚੁੱਕੇ ਪਿਛਲੇ ਸਾਲ ਪਿਛਲੇ ਵਾਲੀ ਗੇਮ ਇਵੈਂਟਸ ਹਾਂ ਇੱਕ ਕਲਾਸ ਆ ਰਹੀ ਹੈ ਸੌਰੀ ਸੱਚ ਯਾਦ ਆ ਗਿਆ ਸਪੋਰਟਸ ਵਾਲੇ ਜਿਹੜੇ ਅਵਾਰਡਸ ਨੇ ਇਸ ਸਾਲ ਵਾਲਿਓ ਸਾਰੇ ਆ ਰਹੇ ਨੇ ਸਰ ਪੇਡ ਕੋਰਸ ਫਿਟ ਸਾਰੇ ਕਨਸੈਪਟ ਸ਼ੁਰੂ ਤੋਂ ਸਮਝਾਏ ਜਾਣਗੇ ਕੁਐਸਚਨਸ ਵਗੈਰਾ ਅਰਜ਼ੂ ਦੇਖੋ ਬੱਚੇ ਪਤਾ ਗਿਆ ਬਾਤ ਕਾ ਪੇਡ ਕੋਰਸ ਵਿੱਚ ਸਟਾਰਟਿੰਗ ਤੋਂ ਕਿਹਾ ਪੇਡ ਕੋਰਸ ਹੋ ਗਈ ਰਿਵੀਜ਼ਨ ਹੋ ਗਈ ਚਾਜ ਤੋਂ ਰਿਵੀਜ਼ਨ ਹੋ ਗਈ ਪਿਛਲੇ ਆਪਾਂ ਜੂਨ ਜੁਲਾਈ 2021 ਤੋਂ ਆਪਾਂ ਸ਼ੁਰੂ ਕਰਾਂਗੇ ਉਹਦੇ ਵਿੱਚ ਸਟਾਰਟਿੰਗ ਤੋਂ ਆਪਾਂ ਕਨਸੈਪਟ ਤੱਕ ਰਾਹੀ ਨਹੀਂ ਸਕਦੇ ਦਵਾਰੇ ਕਹਿ ਰਿਹਾ ਕਰੰਟ ਅਫੇਅਰ ਇੱਕ ਇਹੋ ਜਿਹੀ ਚੀਜ਼ ਹੈ ਜੇ ਮੈਂ ਹੁਣ ਦੇਖ ਰਿਹਾ ਇਹ ਛੋਟੀ ਜਿਹੀ ਚੀਜ਼ਾਂ ਨੇ ਤੁਸੀਂ YouTube ਤੇ ਦੇਖੋਗੇ ਪਤਾ ਦੀ ਕਿੰਨੇ ਆ ਨੇ ਕਿੰਨੀ ਵਾਰੀ ਕਰਾਈ ਹੋਈ ਹੈ ਬਟ ਡਿਟੇਲ 'ਚ ਕਿਸੇ ਨੇ ਵੀ ਨਹੀਂ ਕਰਾਈ ਮੈਂ ਆਪ ਦੇਖ ਕੇ ਹੈਰਾਨ ਹੋ ਗਿਆ ਕਿ ਬੱਚੇ ਕਿਸ ਨੂੰ ਡਿਟੇਲ 'ਚ ਪੜ੍ਹਨੀ ਹੋਵੇ ਉਹ ਇਹੀ ਕਰੇ ਬ 4-5 ਸਾਈਟਾਂ ਲੱਭਦਾ ਰਹੇ ਹੁਣ ਮੈਂ ਜਿਦਾ ਐਜ਼ ਅ ਟੀਚਰ ਡਿਟੇਲ ਚ ਕਰਾਣਾ ਬਹੁਤ ਵੱਡੀ ਗੱਲ ਹੈ ਉਹ ਹੋ ਹੀ ਨਹੀਂ ਸਕਦਾ ਆਪਾਂ ਬਸ ਐ ਕਰਾਂਗੇ ਵੀ ਜਿਹੜੇ ਜਿਹੜੇ ਇੰਪੋਰਟੈਂਟ ਕਰੰਟ ਅਫੇਅਰ ਤੇ ਜੂਨ ਜੁਲਾਈ ਤੋਂ ਲੈ ਕੇ ਦਸੰਬਰ ਜਨਵਰੀ ਤੱਕ ਦੇ ਜਦੋਂ ਪੇਪਰ ਨਹੀਂ ਹੁੰਦਾ ਉਹ ਮੈਂ ਕਰਾਉਂਗਾ ਉਹਦੀ ਤੁਸੀਂ ਟੈਨਸ਼ਨ ਨਾ ਲੋ ਸਰ ਮੇਰਾ ਡੋਮਿਸਾਈਲ ਪੰਜਾਬ ਹੋ ਗਿਆ ਬਟ ਆਈ ਬਿਲੋਂਗ ਟੂ ਹਰਿਆਣਾ ਫੇਰ ਇੱਕ ਚੱਕਰ ਕੀ ਹੋ ਗਿਆ ਡੋਮਿਸਾਈਲ ਜੀ ਤੁਹਾਡੇ ਕੋਲ ਪੰਜਾਬ ਹੈ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਕੈਟਾਗਰੀ ਸਰਟੀਫਿਕੇਟ ਹੈ ਜੇ ਤੁਹਾਡੇ ਕੋਲ ਕੈਟਾਗਰੀ ਸਰਟੀਫਿਕੇਟ ਹੀ ਹੈ ਨਹੀਂ ਫੇਰ ਭਾਵੇਂ ਤੁਹਾਡਾ ਡੋਮਿਸਾਈਲ ਪੰਜਾਬ ਦਾ ਹੋਵੇ ਭਾਵੇਂ ਤੁਹਾਡਾ ਡੋਮਿਸਾਈਲ ਪੁਟਾਂ ਦਾ ਹੋਵੇ ਕੋਈ ਫ ਸਰ ਪੀਪੀਐਸੀ ਦਾ ਬੈਂਕ ਚਲਾਨ ਤੋਂ ਆਪਣੇ ਕੋਲ ਹੀ ਰਹਿਣਗੇ ਪਲੀਜ਼ ਰਿਵਰਟ ਇੱਕ ਬੈਂਕ ਚਲਾਨ ਦੇਖੋ ਇਹ ਹੁੰਦਾ ਕੀ ਹੈ ਤੁਸੀਂ ਉੱਥੇ ਜਾਂਦੇ ਹੋ ਉਹ ਆਪ ਹੀ ਪਾੜ ਕੇ ਦੇ ਦਿੰਦੇ ਏਕ ਤੁਹਾਨੂੰ ਦੇ ਦਿੰਦੇ ਸਾਡੇ ਕੋਲ ਰਹਿ ਜਾਂਦਾ ਬਸ ਉਹਦਾ ਕੰਮ ਤਾਂ ਕੁਝ ਵੀ ਨਹੀਂ ਰਹਿੰਦਾ ਉਹਦਾ ਪਿਆ ਰਹਿੰਦਾ ਬਾਅਦ ਚ ਸਰ ਬਾਕੀ ਸਬਜੈਕਟਸ ਅਰਜ਼ੂ ਬਾਕੀ ਸਬਜੈਕਟ ਦੇਖੋ ਪੋਲੀਟੀ ਵਾਲੇ ਸਰ ਵੀ ਕਰਾਣਗੇ ਵਧੀਆ ਕਰਾਂਗੇ ਹਿਸਟਰੀ ਵਾਲੇ ਸਰ ਵੀ ਵਧੀਆ ਕਰਾਂਗੇ ਜੀਓਗ੍ਰਾਫੀ ਵਾਲੇ ਸਰ ਵੀ ਵਧੀਆ ਕਰਾਂਗੇ ਰੀਜ਼ਨਿੰਗ ਤੁਹਾਡਾ ਦੇਖੋ ਇੰਪੋਰਟੈਂਟ ਟੌਪਿਕ ਹੈ ਜੇ ਤੁਸੀਂ ਹਜੇ ਤੱਕ ਇਹ ਇੱਕ ਤੁਹਾਨੂੰ ਮੈਂ ਵੀਡੀਓ ਦਿਖਾਣਾ ਇੱਕ ਤੁਸੀਂ ਹੁਣੇ ਜਾ ਕੇ ਨਾ ਹੁਣੇ ਹੁਣੇ ਜਾ ਕੇ ਕਿੱਥੇ ਹੈ Google Chrome ਇਹਨਾਂ ਦਾ ਇਹ ਵੀਡੀਓ ਇੱਕ ਇੱਕ ਵੀਡੀਓ ਜ਼ਰੂਰ ਦੇਖੋ ਮੇਰੇ ਕਹਿਣ ਤੇ ਕਰਨਾ ਕਿ ਤੁਸੀਂ YouTube ਖੋਲੋ ਇੱਕ ਨਾ YouTube ਜ਼ਰੂਰ ਖੋਲਿਓ YouTube ਖੋਲ ਕੇ ਕਿੱਥੇ ਜਾਓਗੇ YouTube ਖੋਲ ਕੇ ਓਪਨ ਕਰੋ Punjabadda 247 ਠੀਕ ਹੈ ਇਹ ਤੇ ਸਰਚ ਕਰੋ Punjabadda 247 Punjabadda 247 ਇਹ ਖੋਲੋਗੇ ਤੁਸੀਂ ਇਹ ਓਪਨ ਕਰੋ ਫਿਰ ਵੀਡੀਓਜ਼ 'ਚ ਆਓ ਤੇ ਵੀਡੀਓ 'ਚ ਆ ਕੇ ਇਹ ਵੀਡੀਓ ਦੇਖੋ ਹੁਣੇ ਹੋਈ ਐ ਇਹ ਕਲਾਸ ਤੋਂ ਪਹਿਲਾਂ ਇਹ ਵੀਡੀਓ ਲੈ ਕੇ ਆਇਆ ਇਹ ਵੀਡੀਓ ਚ ਮੈਂ ਦੱਸੀ ਹੋਈ ਐ ਵੀ ਤੁਸੀਂ ਦੇਖੋ ਯਾਰ ਕੋਈ ਵੀ ਪੇਪਰ ਹੋ ਗਿਆ ਕੱਲਾ ਕੋਚਿੰਗ ਤੁਹਾਡੀ ਪਾਸ ਨਹੀਂ ਕਰਾਉਗੀ ਸਕੂਲ ਵੀ ਆਪਾਂ ਪੜ੍ਹਦੇ ਹੁੰਦੇ ਸੀ ਸਕੂਲ ਦੀ ਪੜਾਈ ਤੁਸੀਂ ਪਾਸ ਹੋ ਜਾਂਦੇ ਸੀ ਟਿਊਸ਼ਨ ਲੈਂਦੇ ਹੁੰਦੇ ਸੀ ਆਪ ਵੀ ਪੜ੍ਹਦੇ ਹੁੰਦੇ ਸੀ ਇਹ ਤਾਂ ਫੇਰ ਵੀ ਪੇਪਰ ਵਾਲੀ ਕੋਚਿੰਗ ਐ ਤੇ ਉਹ ਵੀ ਪੀਪੀਐਸਸੀ ਦੀ ਐ ਸਾਨੂੰ 셀ਫ ਸਟੱਡੀ ਤਾਂ ਕਰਨੀ ਪੈਣੀ ਆ ਨੇ ਜ਼ਿਆਦਾ ਨਹੀਂ ਕਰਨੀ ਪਊਗੀ ਕਿਉਂਕਿ ਅਸੀਂ ਤੁਹਾਡੇ ਲਈ ਖੜੇ ਆ ਦੇਖੋ ਯਾਰ ਬੈਚ ਲਾਂਚ ਕਰ ਰਹੇ ਆ ਐਨੀ ਨੌਲੇਜ ਤਾਂ ਹੈਗੀ ਐ ਸਾਨੂੰ ਤਾਂ ਹੀ ਲਾਂਚ ਕੀਤਾ ਹੈ ਨਾ ਤਾਂ ਜੀ ਇਹ ਕਲਾਸ ਚ ਮੈਂ ਕੀ ਦੱਸਿਆ ਹੋਇਆ ਇੰਪੋਰਟੈਂਟ ਬੁੱਕਸ ਦੱਸੀ ਹੋਈਆਂ ਮੰਨੇ ਦੱਸੀ ਹੋਈ ਹੈ ਜੀਓਗ੍ਰਾਫੀ ਲਈ ਬੁੱਕ ਦੱਸੀ ਹੋਈ ਹੈ ਹਰ ਤਰ੍ਹਾਂ ਦੀ ਤੁਹਾਡੇ ਲਈ ਬੁੱਕਸ ਦੱਸੀ ਹੋਈ ਹੈ ਇਹਦੇ ਅੰਦਰ ਇਹ ਵੀਡੀਓ ਤੁਸੀਂ ਜਾ ਕੇ ਜਰੂਰ ਦੇਖਿਓ ਪੰਜਾਬ ਅੱਡਾ 247 ਤੇ ਇਸ ਵੀਡੀਓ ਤੋਂ ਜਸਟ ਪਹਿਲਾਂ ਹੋਈ ਹੈ ਇਹ ਜਰੂਰ ਜਾ ਕੇ ਦੇਖਿਓ ਫਿਰ ਪੀਪੀਐਸ ਦੀ ਫੀਸ ਪੇਮੈਂਟ ਦਾ ਵੀ ਕੋਈ ਮੈਸੇਜ ਨਹੀਂ ਆ ਉਹ ਆ ਜਾਊਗਾ ਟੈਨਸ਼ਨ ਨਾ ਲਓ ਜਸਵਿੰਦਰ ਦੁਆ ਮੇਰੇ ਤੋਂ ਗਲਤੀ ਤੋਂ ਪੰਜਾਬ ਡੋਮਿਸਾਈਲ ਹੋ ਗਿਆ ਬਟ ਮੈਂ ਹਰਿਆਣਾ ਤੋਂ ਬਿਲੋਂਗ ਕੀਤਾ ਵਾ ਅੱਛਾ ਤੁਸੀਂ ਜੇ ਜਨਰਲ ਤੋਂ ਅਪਲਾਈ ਕੀਤਾ ਫਿਰ ਇਹਨਾਂ ਫਰਕ ਨਹੀਂ ਪੈਣਾ

ਅਰਮਾਨ ਸਰ ਕਿਊਟੋ ਪ੍ਰੋਟੋਕੋਲ ਕਰਵਾ ਰਹੇ ਹਨ ਕਰਵਾਉਣ ਤੋਂ ਠੀਕ ਹੈ ਠੀਕ ਹੈ ਇਹ ਛੋਟੀ ਛੋਟੀ ਜਿਹੀ ਚੀਜ਼ਾਂ ਠੀਕ ਹੈ ਠੀਕ ਹੈ ਹਾਂ ਜੀ ਜ਼ਰੂਰ ਦੇਖੋ ਕਿਊਟੋ ਪ੍ਰੋਟੋਕੋਲ ਜ਼ਰੂਰ ਦੇਖਣੀ ਹੈ ਕਲਾਸ ਤੋਂ ਬਾਅਦ ਇਸ ਕਲਾਸ ਤੋਂ ਬਾਅਦ ਸਰ ਮੈਂ ਲੋਨ ਜੀ ਹਿਸਟਰੀ ਸ਼ੁਰੂ ਕਰਦੇ ਆ ਤੇ ਜਿਵੇਂ YouTube ਤੇ ਮੈਰਾਥਨ ਕੁਐਸਚਨ ਹੁੰਦੇ ਪਰਟੀਕੂਲਰ ਟਾਪਿਕ ਦੇ ਉਦਾਂ ਕਿ ਚੈਪਟਰ ਬੇਸਿਕ ਤੋਂ ਬੇਸਿਕ ਤੋਂ ਦੇਖੋ ਜੀ ਕ੍ਰੈਸ਼ ਕੋਰਸ ਦਾ ਮਤਲਬ ਹੁੰਦਾ ਤੁਹਾਨੂੰ ਉਹਨਾ ਬੇਸਿਕ ਤਾਂ ਵੜੂਗੇ ਨਹੀਂ ਆਬਵੀਅਸ ਹੀ ਗੱਲ ਹੈ ਬਹੁਤ ਲੰਮਾ ਹੁੰਦਾ ਹਿਸਟਰੀ ਤੁਹਾਨੂੰ ਟੱਚ ਕਰਾਂਦੇ ਚੱਲੂਗੇ ਤੇ ਤੁਹਾਡੇ ਥੋੜੀ ਪ੍ਰੈਕਟਿਸ ਵਧੀਆ ਕਰਾ ਦੋਗੇ ਤੁਹਾਨੂੰ ਪ੍ਰੀਵੀਅਸ ਇਅਰ ਕਰਾ ਕਰਾ ਪੇਪਰ ਤੁਹਾਨੂੰ ਥਕਾ ਦੇਣਾ ਤੁਹਾਨੂੰ ਪੇਪਰ ਜਾ ਕੇ ਲੱਗੂਗਾ ਕਿ ਬਸ ਕਰੋ ਇਹ ਤਾਂ ਬਹੁਤ ਵਾਰ ਕਰ ਲਏ ਕੁਐਸਚਨ ਮੇਰਾ ਤਾਂ ਕਰਨ ਦਾ ਜੀਨ ਨਹੀਂ ਕਰਦਾ ਉਹਦੀ ਟੈਨਸ਼ਨ ਨਾ ਲਓ ਅਨੇਰਾ ਜਿਹਾ ਕਿਉਂ ਆਇਆ ਹੋਇ ਡਾਕੂਮੈਂਟ ਵੈਰੀਫਾਈ ਕਰਨ ਬਿਕੋ ਮੇਰੇ ਨਾਲ ਕਨਸਰਨਿੰਗ ਅਰਮਾਨ ਸਰਮ ਚਲੋ ਠੀਕ ਹੈ ਠੀਕ ਹੈ ਠੀਕ ਹੈ ਜੀ ਆਪਾਂ ਹੁਣ ਰੈਪ ਅਪ ਕਰਦੇ ਆ ਤੇ ਆਹੋ ਇੱਕ ਗਲਤ ਰਹਿ ਗਈ ਜਿਨੇ ਜਿਨੇ ਹੁਣ ਤੱਕ ਮੈਚ ਨਹੀਂ ਬਾਏ ਕੀਤਾ ਮੇਰੇ ਅਕੋਰਡਿੰਗ ਤੱਕ ਕਰ ਲੋ ਯਾਰ ਮੈਚ ਬਾਏ ਬਹੁਤ ਇੰਪੋਰਟੈਂਟ ਹੈ ਪੇਪਰ ਦੀ ਤਿਆਰੀ ਹੋ ਰਹੀ ਹੈ ਕਰੰਟ ਅਫੇਅਰ ਦੇਖੋ ਮੈਂ ਕਰਾਉਂਗਾ ਮੈਂ ਆਪਣੀ ਗਾਰੰਟੀ ਪੂਰੀ ਪੂਰੀ ਲੈਣਾ ਠੋਕ ਕੇ ਗਾਰੰਟੀ ਲੈਣਾ ਟੈਨਸ਼ਨ ਨਹੀਂ ਲੈਣੀ ਕਰੰਟ ਅਫੇਅਰ ਦੀ ਪਿਛਲੇ 8-10 ਮਹੀਨੇ ਦੇ ਕਰਾ ਦੋਗੇ ਦੇਖੋ ਕਰੰਟ ਅਫੇਅਰ ਕਰਾਉਣ ਨੂੰ ਤਾਂ ਸਾਲ ਦਾਲੇ ਕਰਾ ਸਕਦੇ ਬਟ ਆਪਾਂ ਮੋਟਾ-ਮੋਟਾ ਲੈ ਠੀਕ ਹੈ ਜੀ ਵਧੀਆ ਕਰਾਵਾਂਗੇ ਇਹ ਬੈਚ ਹੈ ਤੁਸੀਂ ਬੈਚ ਬਾਇ ਕਰ ਸਕਦੇ ਹੋ ਬੈਚ ਬਾਇ ਕਰਨ ਦਾ ਤੁਹਾਨੂੰ ਤਰੀਕਾ ਪਤਾ ਹੈ ਇਹ ਪੰਜਾਬ ਅੱਡਾ 247 ਦੀ ਐਪ ਖੋਲੋ ਜਾਂ ਫਿਰ ਅੱਡਾ 247.com ਖੋਲੋ ਤੇ ਕੋਡ ਯੂਜ਼ ਕਰਿਓ Y383Y383 ਇਹ ਕੋਡ ਲਾ ਕੇ ਤੁਹਾਨੂੰ ਪਹਿ ਜਾਂਦਾ 78% ਤੱਕ ਆਫ ਪੈ ਜਾਂਦਾ ਤੇ ਇਹ ਪੈਕ ਪੈ ਜਾਊਗਾ ਤੁਹਾਨੂੰ 1840 ਦਾ ਤੇ ਇਹ ਟੈਸਟ 3 ਦੇਖੋ ਟੈਸਟ 3 ਦੇ ਬਾਰੇ ਮੈਂ ਬਾਰ ਬਾਰ ਸਟ੍ਰੈਸ ਦੇਣਾ ਟੈਸਟ ਸੀਰੀਜ਼ ਬਾਏ ਕਰੋ ਬਾਏ ਨਹੀਂ ਲੈਣਾ ਤੁਹਾਡੀ ਮਰਜ਼ੀ ਹੈ ਟੈਸਟ ਸੀਰੀਜ਼ ਬਾਏ ਕਰੋ ਤੁਹਾਨੂੰ ਤੁਹਾਡੀ ਔਕਾਤ ਪਤਾ ਲੱਗਦੀ ਹੈ ਅੱਜ ਬਾਏ ਕਰਕੇ ਅੱਜ ਰਾਤੀ ਪਹਿਲਾ ਟੈਸਟ ਦਿਓ ਫਿਰ ਮਹੀਨਾ ਪੜ੍ਹ ਕੇ ਦੂਜਾ ਟੈਸਟ ਦਿਓ ਤੁਹਾਨੂੰ ਪਤਾ ਲੱਗੂ ਕਿੰਨੀ ਤੁਹਾਡੀ ਪ੍ਰੋਗਰੈਸ ਹੋਈ ਹੈ ਫਿਰ 10 ਦਿਨ ਪੜ੍ਹ ਕੇ ਫਿਰ ਦੂਜਾ ਟੈਸਟ ਫਿਰ ਤੀਜਾ ਟੈਸਟ ਦਿਓ ਐਦਾਂ ਫਰਕ ਪੈਂਦਾ ਬਾਕੀ ਇਹ ਵੀ ਨੇ ਦੇਖੋ ਜੀ ਜਿਹੜੇ ਪੰਜਾਬ ਟੈਕਨੀਕਲ ਐਂਡ ਸਪੋਰਟ ਸਰਵਿਸਿਜ਼ ਕਾਟ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਬੈਚ ਪੇ ਰਿਕਾਰਡਡ ਬੈਚ ਪਿਆ ਇਹ 919 ਦਾ ਪੈਂਦਾ ਇਹ ਸਬ ਇੰਸਪੈਕਟਰ ਦੀ ਟੈਸਟ ਸੀਰੀਜ਼ ਨੇ 30 ਟੈਸਟ ਨੇ ਇਹ ਤੇ ਨਾਲ ਨਾਲ ਇੰਟੈਲੀਜੈਂਸ ਅਸਿਸਟੈਂਟ ਦਾ ਇਹਦੇ ਅੰਦਰ ਵੀ 30 ਟੈਸਟ ਨੇ ਕੋਡ ਤੁਸੀ ਲਾ ਲੈਣਾ Y383Y 383 ਕੋਡ ਲੈ ਕੇ ਐਕਸਟਰਾ ਡਿਸਕਾਊਂਟ ਤੁਹਾਨੂੰ ਮਿਲ ਜਾਂਦਾ ਤੇ ਬਾਕੀ ਜਿਹੜੇ ਚਾਹੁੰਦੇ ਇਹ ਤਿੰਨ ਹੋਗੇ ਦੋ ਹੋਗੇ ਤੇ ਬਾਕੀ ਜਿੰਨੇ ਵੀ ਹੋਰ ਬੈਚ ਅੱਗੇ ਆ ਉਹਨਾਂ ਦੀ ਟੈਸਟ ਸੀਰੀਜ਼ ਪੀਡੀਐਫ ਈ-ਬੁੱਕ ਸਭ ਮਿਲਣ ਉਹਨਾਂ ਲਈ ਹੈ ਇਹ ਪੰਜਾਬ ਕਾ ਮਹਾਪੈਕ 1 ਸਾਲ ਦਾ ਪੈਂਦਾ ਤੁਹਾਨੂੰ 3219 ਰੁਪਏ ਦਾ ਤੇ 2 ਸਾਲ ਵਾਲਾ ਪੈਂਦਾ ਤੁਹਾਨੂੰ 4001 ਰੁਪਏ ਦਾ ਬਟ ਪਊਗਾ ਕਿੰਨਾ ਸਸਤਾ ਇਹ ਕੋਡ ਤੁਹਾਨੂੰ ਇਹੀ ਲੈਣਾ ਪੈਣਾ Y383 ਇਹ ਤੋਂ ਮਿਲਦਾ ਮੈਂ ਕਿਹ 78% ਬਾਕੀਆਂ ਤੋਂ ਮਿਲਦਾ ਹੁੰਦਾ 75% ਠੀਕ ਹੈ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਕੱਲ ਮਿਲਦੇ ਆ ਸਵੇਰੇ 8 ਵਜੇ ਡੇਲੀ ਕਰੰਟ ਅਫੇਅਰ ਦੇ ਨਾਲ ਹਾਂਜੀ ਹਾਂਜੀ ਕਰਵਾਣੇ ਆ ਪੀਡੀਐਫ